ਮਾਨ ਨਾਲੋਂ ਜ਼ਿਆਦਾ ਹੋ ਜਾਂਦਾ ਹੈ ਕਿ ਉਸ ਐਗਜ਼ੀਬਿਸ਼ਨ ਦੇ ਵਿੱਚ ਸਾਡੀ ਹਿਸਟਰੀ ਹੈ ਤੇ ਇੱਕ ਜਗ੍ਹਾ ਮਿਲੀ ਹੈ ਸਾਨੂੰ ਮਿਊਜ਼ੀਅਮ ਆਫ ਸੜੀ ਦੇ ਵਿੱਚ ਜਦੋਂ ਅਸੀਂ ਸੜੀ ਦੀ ਗੱਲ ਕਰਦੇ ਹਾਂ ਤਾਂ ਵਿਭਿੰਨਤਾ ਭਰੀ ਸਾਡੀ ਕਮਿਊਨਿਟੀ ਹੈ ਤੇ ਉਸ ਕਮਿਊਨਿਟੀ ਦੇ ਵਿੱਚ ਲਾਹੌਰ ਤੋਂ ਲੰਡਨ ਦੀਆਂ ਇਤਿਹਾਸਿਕ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਚਾਹੇ ਉਹ ਸਾਡਾ ਭਾਈਚਾਰਾ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਸਾਰੀ ਕਮਿਊਨਿਟੀ ਹੈ ਜਿਸ ਕਮਿਊਨਿਟੀ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਰਹਿੰਦੇ ਨੇ ਸੋ ਉਸ ਬਾਰੇ ਦੱਸੋ ਜੀ ਸੋ 6 ਫਰਵਰੀ ਤੋਂ ਲੱਗੀ ਹੋਈ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਹੈ ਆਪਣੇ ਕੋਲ ਕਈ ਚੀਜ਼ਾਂ ਖੋਈਆਂ ਗਈਆਂ ਨੇ ਰਾਜ ਖੁੱਸੇ ਨੇ ਕਈ ਆਪਣੇ ਨਾਲ ਕੱਲੂ ਕਰੇ ਹੋਏ ਨੇ ਪਰ ਉਹਦੇ ਸਾਰੇ ਚੋਂ ਹੁੰਦੇ ਹੁੰਦੇ ਫੇਰ ਵੀ ਅਸੀਂ ਜਿੱਥੇ ਵੀ ਰਹਿੰਨੇ ਆ ਅਸੀਂ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਨੇ ਆ ਤੇ ਇਹੀ ਅਸੀਂ ਸਨੇਹਾ ਸਰ ਕੈਨੇਡਾ ਨੂੰ ਦਿੰਨੇ ਆ ਉੱਥੇ ਪੜਿਆ ਜਾਂਦਾ ਨਾ ਉੱਥੇ ਛੋਟੇ-ਛੋਟੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੰਗਲਿਸ਼ ਟ੍ਰਾਂਸਲੇਟ ਕਰਕੇ ਲਿਖੀਆਂ ਹੋਈਆਂ ਪੰਜਾਬੀ ਵਿੱਚ ਵੀ ਲਿਖਿਆ ਹੋਇਆ ਉਹਨੂੰ ਫਿਰ ਪ੍ਰਿੰਟ ਕਰਨਾ ਉਹਨੂੰ ਉੱਥੇ ਲਾਉਣਾ ਉਹਦੇ ਜਿਹੜੇ ਆ ਪੂਰੇ ਫਲੈਕਸ ਜਿਹੜੇ ਆ ਉਹ ਲਗਾਉਣੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਬਹੁਤ ਟਾਈਮ ਮੰਗਦੀਆਂ ਨੇ ਉਹ ਸਾਰੀਆਂ ਚੀਜ਼ਾਂ ਸਿਟੀ ਅਫਸਰੀ ਦੇ ਨਾਲ ਰਲ ਕੇ ਤੁਸੀਂ ਕੰਮ ਕੀਤਾ ਤੇ ਉਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਇੱਕ ਛੋਟੀ ਲੈਂਗੁਏਜ ਦੇ ਵਿੱਚ ਜਿਹੜਾ ਕੱਟ ਕਰਨਾ ਕਿੰਨਾ ਕੋ ਔਖਾ ਸੀ ਕਿੰਨਾ ਕੋ ਔਖਾ ਪ੍ਰੋਸੈਸ ਸੀ ਜਿਸ ਤਰ੍ਹਾਂ ਜਿੱਦਾਂ ਹੁਣ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਕਹਾਂ ਵੀ ਆਮ ਨਾਟ ਐਜੂਕੇਟਿਡ ਪਰਸਨ ਆਮ ਨਾਟ ਅਕੈਡੈਮਿਕ ਸੋ ਹਰੇਕ ਬੰਦਾ ਜ਼ਰੂਰੀ ਨਹੀਂ ਹੈਗਾ ਪਹਿਲਾਂ ਤੁਹਾਡੇ ਕੋਲ ਡਿਗਰੀ ਹੋਵੇ ਕੋਈ ਜੀ ਤੁਸੀਂ ਜੇ ਤੁਹਾਡੇ ਕੋਲ ਅਵਸਥਾ ਹੈਗੀਆਂ ਤੁਸੀਂ ਸਰੀ ਮਿਊਜ਼ੀਅਮ ਨਾਲ ਰابطਾ ਕਾਇਮ ਕਰ ਸਕਦੇ ਹੋ ਉਹਨਾਂ ਨੂੰ ਦੱਸੋ ਵੀ ਆਹ ਹੈਗੀਆਂ ਉਹ ਬਹੁਤ ਹੈਲਪ ਕਰਦੇ ਨੇ ਜੀ ਉਹ ਹਰੇਕ ਪੱਖੋਂ ਹੈਲਪ ਕਰਦੇ ਨੇ ਜਿਹੜੀਆਂ ਕੌਮਾਂ ਆਪਣੇ ਵਿਰਸੇ ਤੇ ਵਿਰਾਸਤ ਵੱਲ ਪਿੱਠ ਨਹੀਂ ਮੋੜਦੀਆਂ ਤੇ ਉਹ ਜਿਹੜਾ ਵਿਰਸਾ ਵਿਰਾਸਤ ਆ ਉਹਨੂੰ ਆਪਣੇ ਮਸਲਕ ਦਾ ਭਾਗ ਬਣਾਉਂਦੀਆਂ ਨੇ ਆਮ ਜਨ ਸਮੂਹ ਦੇ ਨਾਲ ਸਾਂਝੀਆਂ ਕਰਦੀਆਂ ਨੇ ਤੇ ਆਉਣ ਵਾਲੇ ਪੀੜ੍ਹੀਆਂ ਨਾਲ ਉਹਨਾਂ ਦੇ ਸਨਮੁਖ ਵੀ ਕਰਦੀਆਂ ਨੇ ਉਹ ਜਿਹੜੀਆਂ ਕੌਮਾਂ ਨੇ ਉਹਨਾਂ ਦੇ ਸਿਧਾਂਤ ਤੇ ਸਰੂਪ ਕਦੀ ਨਹੀਂ ਮੁੱਕਦੇ ਚਾਹੇ ਜਿੱਥੇ ਮਰਜੀ ਚੱਲੇ ਜਾਂਦੇ ਹੁਣ ਇਹ ਐਗਜ਼ਿਬਿਸ਼ਨ ਨੂੰ ਲੱਗਿਆ ਹੋਇਆ ਲਗਭਗ 2 ਮਹੀਨੇ ਹੋ ਜਾਣੇ ਆ April 6 ਨੂੰ ਕਿਉਂਕਿ February 6 ਤੋਂ ਜਿਹੜੀ ਇਹ ਲੱਗੀ ਹੋਈ ਆ ਇਹਨਾਂ 2 ਮਹੀਨਿਆਂ ਦੇ ਵਿੱਚ ਤੁਹਾਡੇ ਤੱਕ ਪੋਜ਼ਿਟਿਵ ਮੈਸੇਜ ਕਿੰਨੇ ਗਏ ਜਦੋਂ ਆਪਾਂ ਉੱਥੇ ਸਾਰਾ ਕੁਝ ਲਿਖਿਆ ਹੋਇਆ ਨਾ ਉਹਦੇ ਵਿੱਚ ਇੱਕ ਅੰਡਰਲਾਈਨ ਥਾਟ ਇਹ ਵੀ ਆ ਕਿ ਹਮਨੇ ਹੀ ਚੰਗੇ ਬੁਰਾ ਨਹੀਂ ਕੋਈ ਸੋ ਐਸੀ ਐਸੀ ਸਟਰੋਂਗ ਆ ਐਸੀ ਆਪਣੀ ਆਇਡੈਂਟੀਟੀ ਨਹੀਂ ਡਿਲੀਊਟ ਕਰਨੀ ਪਰ ਉਹਦੇ ਵਿੱਚ ਇੱਕ ਕਨਸਟੈਂਟ ਰਿਮਾਈਂਡਰ ਆ ਔਰ ਵੈਸੇ ਵੀ ਜਿਹੜੇ ਸਾਡੇ ਭੈਣ ਭਰਾ ਜਾ ਰਹੇ ਨੇ ਬਜ਼ੁਰਗ ਜਾ ਰਹੇ ਨੇ ਜਿਹੜੀ ਮੇ ਤੋਂ ਵੱਡੋ ਵੱਡੀ ਉਮਰ ਦੇ ਨੇ ਉਹ ਅਸ਼ੀਰਵਾਦ ਦੇ ਰਹੇ ਨੇ ਜੀ ਦੁਆਵਾਂ ਦੇ ਰਹੇ ਨੇ ਕਿ ਬਹੁਤ ਵਧੀਆ ਅਟੈਂਪਟ ਆ ਇੱਕ ਤਾਂ ਰਾਜ ਉਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਗਾਂ ਉਹਨਾਂ ਦੇ ਬੱਚੇ ਤੇ ਫਿਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਬ੍ਰਿਟਿਸ਼ ਸਾਮਰਾਜ ਤੱਕ ਸਾਰੀਆਂ ਨਿਸ਼ਾਨੀਆਂ ਇਨਕਲੂਡ ਕਰਕੇ ਜਿਹੜੀਆਂ ਨੇ ਉੱਥੇ ਰੱਖੀਆਂ ਹੋਈਆਂ ਨੇ ਇਸੇ ਕਰਕੇ ਦਾ ਨਾਮ ਲੰਡਨ ਤੋਂ ਲਾਹੌਰ ਰੱਖਿਆ ਸੋ ਲਾਹੌਰ ਤੋਂ ਲੰਡਨ ਰੱਖਿਆ ਸੋ ਕਿਵੇਂ ਇਹਦਾ ਨਾਮ ਨੂੰ ਸੋਚਿਆ ਲਾਹੌਰ ਜਦੋਂ ਜੀ ਸਿੱਖ ਰਾਜ ਖੁੱਸਿਆ ਸਰਕਾਰੇ ਖਾਲਸਾ 1849 ਸੋ 1840 ਦੀ ਉੱਥੇ ਪਹਿਲੀ ਕਿਤਾਬ ਪਈ ਹੋਈ ਆ ਤੇ ਉੱਥੋਂ ਸ਼ੁਰੂ ਹੋ ਕੇ ਫਿਰ ਦਲੀਪ ਸਿੰਘ ਮਹਾਰਾਜਾ ਨੂੰ ਕਿਦਾਂ ਅ ਇੰਗਲੈਂਡ ਲੈ ਜਾਇਆ ਗਿਆ ਉਹ ਉੱਥੇ ਉਹਨਾਂ ਦੀਆਂ ਵਸਤਾਂ ਨੇ ਸੋਫੀਆ ਦਲੀਪ ਸਿੰਘ ਹੈ ਵਿਕਟਰ ਦਲੀਪ ਸਿੰਘ ਫ੍ਰੈਡਰਿਕ ਦਲੀਪ ਸਿੰਘ ਦੀਆਂ ਚੀਜ਼ਾਂ ਨੇ ਸੋ ਉਹ ਜਿਹੜਾ ਸਾਡਾ ਸਫ਼ਰ ਸੀਗਾ ਉੱਤੇ ਇੱਕ ਬਹੁਤ ਝਾਤ ਮਾਰੀ ਹੋਈ ਆ ਦੇਖ ਰਹੇ ਹੋ ਸੰਝਾ ਟੀਵੀ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਅੱਜ ਖਾਸ ਗੱਲਬਾਤ ਹੋਣ ਵਾਲੀ ਹੈ ਜਦੋਂ ਅਸੀਂ ਪੰਜਾਬ ਪੰਜਾਬੀਅਤ ਤੇ ਨਾਲ ਭਾਈਚਾਰੇ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਕਈ ਵਾਰ ਧਿਆਨ ਦੇ ਵਿੱਚ ਨਹੀਂ ਲਿਆਉਂਦੇ ਉਹ ਨਿੱਕੀਆਂ ਗੱਲਾਂ ਕਈ ਵਾਰੀ ਵੱਡਾ ਮਤਲਬ ਬਣ ਕੇ ਨਿਕਲਦੀਆਂ ਨੇ ਜਿਵੇਂ ਇੱਕ ਟਰਮ ਅਸੀਂ ਲਗਾਤਾਰ ਸੁਣਦੇ ਆ ਰਹੇ ਹਾਂ ਸਾਊਥ ਏਸ਼ੀਅਨ ਰਾਉਂਡ ਟੇਬਲ ਸਾਊਥ ਏਸ਼ੀਅਨ ਮੀਡੀਆ ਸਾਊਥ ਏਸ਼ੀਅਨ ਸਾਊਥ ਏਸ਼ੀਅਨ ਪਰ ਜਦੋਂ ਉਹਨੂੰ ਡੰਗਾਈ ਦੇ ਨਾਲ ਸੋਚਦੇ ਆਂ ਕਿ ਇਹ ਸਾਊਥ ਏਸ਼ੀਆਨ ਟਰਮ ਸਾਡੇ ਲਈ ਸਹੀ ਹੈ ਇਸ ਦੇ ਬਾਰੇ ਆਵਾਜ਼ ਉਠਾਈ ਰਾਜ ਸਿੰਘ ਭੰਡਾਲ ਵੰਜਾਰਾ ਨੋਮੈਡ ਨਾਂ ਦੀ ਸੰਸਥਾ ਨੇ ਹੁਣ ਇਹ ਆਵਾਜ਼ ਤਾਂ ਉਠਾਈ ਗਈ ਇਹਦੇ ਕੀ ਮਾਇਨੇ ਕੀ ਮਤਲਬ ਤੇ ਕੀ ਅਸੀਂ ਉਹ ਜੋ ਆਵਾਜ਼ ਉਠਾਈ ਸੀ ਉਹਦੇ ਬਾਰੇ ਨਿਰਪੱਖਤਾ ਦੇ ਨਾਲ ਲੋਕਾਂ ਦਾ ਸਾਥ ਲੈ ਸਕਿਆ ਕੀ ਬਣਿਆ ਉਸ ਕੈਂਪੇਨ ਦਾ ਤੇ ਨਾਲ-ਨਾਲ ਜਦੋਂ ਰਾਜ ਸਿੰਘ ਭੰਡਾਲ ਦੀ ਗੱਲ ਆਉਂਦੀ ਹੈ ਤਾਂ ਫਿਰ ਇਤਿਹਾਸ ਸਾਡੀਆਂ ਅੱਖਾਂ ਦੇ ਮੂਰੇ ਘੁੰਮ ਜਾਂਦਾ ਕਿਉਂਕਿ ਅਸੀਂ ਲਗਾਤਾਰ ਇਸ ਮਾਧਿਅਮ ਦੇ ਥਰੂ ਇਸ ਚੈਨਲ ਦੇ ਥਰੂ ਉਹਨਾਂ ਦੇ ਨਾਲ ਗੱਲ ਕਰਦੇ ਆ ਰਹੇ ਹਾਂ ਚਾਹੇ ਅਸੀਂ ਉਹਨਾਂ ਦੀ ਕਲੈਕਸ਼ਨ ਨੂੰ ਗੱਲ ਕਰ ਲਈਏ ਚਾਹੇ ਹਿਸਟਰੀ ਨੂੰ ਲੈ ਕੇ ਗੱਲ ਕਰ ਲਈਏ ਕਿਤਾਬਾਂ ਨੂੰ ਲੈ ਕੇ ਗੱਲ ਕਰ ਲਈਏ ਤੇ ਬਹੁਤ ਸਾਰਾ ਇਤਿਹਾਸ ਉਹ ਸਾਂਭ ਰਏ ਨੇ ਜਿੰਨਾ ਕੁ ਉਹਨਾਂ ਤੋਂ ਬਣ ਪਾ ਰਿਹਾ ਤੇ ਲੋਕਾਂ ਨੂੰ ਵੀ ਹੋਕਾ ਦੇ ਰਹੇ ਨੇ ਕਿ ਕਿਤਾਬਾਂ ਆਪਣਾ ਇਤਿਹਾਸ ਆਪਣੀ ਹਿਸਟਰੀ ਸਾਂਭ ਕੇ ਰੱਖੋ ਜਿੰਨਾ ਹੋ ਸਕਦਾ ਸਾਂਭ ਕੇ ਰੱਖੋ ਤੇ ਇਸ ਬਾਬਤ ਲਾਹੌਰ ਟੂ ਲੰਡਨ ਇੱਕ ਐਗਜ਼ੀਬਿਸ਼ਨ ਜੀ ਤੇ ਅਸੀਂ ਤੁਹਾਨੂੰ ਲੈ ਕੇ ਵੀ ਗਏ ਸੀ ਤੁਹਾਨੂੰ ਉਹਦੇ ਬਾਰੇ ਦੱਸਿਆ ਵੀ ਸੀ ਕਿ ਮਿਊਜ਼ੀਅਮ ਆਫ ਸਰੀ ਦੇ ਵਿੱਚ ਇੱਕ ਐਗਜ਼ੀਬਿਸ਼ਨ ਲੱਗਣਾ ਇੱਕ ਮਾਨ ਵਾਲੀ ਗੱਲ ਹੈ ਤੇ ਉਹ ਐਗਜ਼ੀਬਿਸ਼ਨ 6 ਫਰਵਰੀ ਤੋਂ ਲੱਗੀ ਹੋਈ ਆ ਆਲਰੇਡੀ ਤੇ ਆਲਰੇਡੀ ਲੋਕ ਉਹਨੂੰ ਦੇਖਣ ਵੀ ਜਾ ਰਹੇ ਨੇ ਤੇ ਉਹ 19 ਮਈ ਤੱਕ ਲੱਗੀ ਰਹੇਗੀ ਉਸ ਐਗਜ਼ਿਬਿਸ਼ਨ ਤੋਂ ਕੀ ਕੁਝ ਸਿੱਖਣ ਨੂੰ ਮਿਲਿਆ ਕੀ ਬਣਿਆ ਉਸ ਐਗਜ਼ਿਬਿਸ਼ਨ ਦਾ ਕੀ ਅਸੀਂ ਜਿਹੜਾ ਉਹ ਹਾਸਲ ਕਰ पाए ਇਹ ਸਾਰੀ ਗੱਲਬਾਤ ਅੰਦਰ ਰਾਜ ਸਿੰਘ ਪੰਡਾਲ ਹੋਣਾ ਦੇ ਨਾਲ ਕਰਾਂਗੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਆਓ ਸਵਾਗਤ ਕਰਦੇ ਹਾਂ ਤੇ ਫਿਰ ਕਰਦੇ ਹਾਂ ਗੱਲਬਾਤ ਤਸਰੀਕਾ ਅਲ ਹਾਸ਼ਦੀ ਤੇ ਤਸਰੀਕਾ ਅਲ ਸਾਰਜ ਜਿਹੜੇ ਦੇਖ ਰਹੇ ਨੇ ਇਸ ਟਾਈਮ ਉਹਨਾਂ ਨੂੰ ਵੀ ਫਤਿਹ ਬੁਲਾਉਣਾ ਹੈ ਜੀ ਬਿਲਕੁਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਸਟੂਡੀਓ ਦੇ ਵਿੱਚ ਆਏ ਆ ਇੱਕ ਵਾਰੀ ਫਿਰ ਤੋਂ ਟਾਈਮ ਤੋਂ ਟਾਈਮ ਕਰਿਆ ਤੇ ਨਾਲ ਨਾਲ ਜਦੋਂ ਰਾਜ ਸਿੰਘ ਜੀ ਅਸੀਂ ਇਹ ਦੇਖਦੇ ਆ ਕਿ ਲਾਹੌਰ ਟੂ ਲੰਡਨ ਇੱਕ ਐਗਜ਼ੀਬਿਸ਼ਨ ਮਾਨ ਨਾਲ ਸਿਰ ਉੱਚਾ ਹੋ ਜਾਂਦਾ ਕਿ ਉਸ ਐਗਜ਼ੀਬਿਸ਼ਨ ਦੇ ਵਿੱਚ ਸਾਡੀ ਹਿਸਟਰੀ ਹੈ ਤੇ ਇੱਕ ਜਗਾ ਮਿਲੀ ਸਾਨੂੰ ਮਿਊਜ਼ੀਅਮ ਆਫ ਸਰੀ ਦੇ ਵਿੱਚ ਜਦੋਂ ਅਸੀਂ ਸਰੀ ਦੀ ਗੱਲ ਕਰਦੇ ਹਾਂ ਤਾਂ ਵਿਭਿੰਨਤਾ ਭਰੀ ਸਾਡੀ ਕਮਿਊਨਿਟੀ ਹੈ ਤੇ ਉਸ ਕਮਿਊਨਿਟੀ ਦੇ ਵਿੱਚ ਲਾਹੌਰ ਤੋਂ ਲੰਡਨ ਦੀਆਂ ਇਤਿਹਾਸਿਕ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਚਾਹੇ ਉਹ ਸਾਡਾ ਭਾਈਚਾਰਾ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਸਾਰੀ ਕਮਿਊਨਿਟੀ ਹੈ ਜਿਸ ਕਮਿਊਨਿਟੀ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਰਹਿੰਦੇ ਨੇ ਸੋ ਉਸ ਬਾਰੇ ਦੱਸੋ ਜੀ ਸੋ 6 ਫਰਵਰੀ ਤੋਂ ਲੱਗੀ ਹੋਈ ਹੈ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਹੈ ਰਿਸਪੌਂਸ ਬਹੁਤ ਵਧੀਆ ਜੀ ਪਰ ਸਾਰਿਆਂ ਤੋਂ ਪਹਿਲਾਂ ਸਿਟੀ ਆਫ ਸਰੀ ਦਾ ਅਸੀਂ ਧੰਨਵਾਦ ਕਰਦੇ ਹਾਂ ਤੇ ਸਰੀ ਮਿਊਜ਼ੀਅਮ ਦਾ ਧੰਨਵਾਦ ਕਰਦੇ ਹਾਂ ਉੱਥੇ ਦਾ ਸਟਾਫ ਦਾ ਲਿੰਥ ਆਫਰੀ ਮੈਨੇਜਰ ਨੇ ਬੜੇ ਹੈਲਪਫੁਲ ਸੀਗੇ ਸਾਡੇ ਨਾਲ ਤੇ ਉਹਨਾਂ ਨੇ ਬੜੀਆਂ ਅਸੀਂ तकरीबन ਸਾਨੂੰ 7 ਮਹੀਨੇ ਲੱਗੇ ਔਰ ਉਹ ਉਹਦੇ ਵਿੱਚ ਕੀ ਲਿਖਣਾ ਕੀ ਪ੍ਰੈਜੈਂਟ ਕਰਨਾ ਉਹ ਸਾਰੀ ਅਸੀਂ ਬਹਿ ਕੇ ਮਿਲ ਜੁਲ ਕੇ ਕਰਦੇ ਰਹੇ ਆ ਔਰ ਹੰਗਾਰਾ ਬੜਾ ਭਰਵਾ ਹੈ ਜੀ ਲਾਹੌਰ ਟੂ ਲੰਡਨ ਅ ਜਰਨੀ ਆਫ ਚੜਦੀ ਕਲਾ ਸੋ ਸਨੇਹਾ ਇਹ ਹੈ ਕਿ ਆਪਣੇ ਕੋਲ ਕਈ ਚੀਜ਼ਾਂ ਖੋਈਆਂ ਗਈਆਂ ਨੇ ਰਾਜ ਖੁੱਸੇ ਨੇ ਕਈ ਆਪਣੇ ਨਾਲ ਕੱਲੂ ਕਰੇ ਹੋਏ ਨੇ ਪਰ ਉਹਦੇ ਸਾਰੇ ਚੋਂ ਹੁੰਦੇ ਹੁੰਦੇ ਫੇਰ ਵੀ ਅਸੀਂ ਜਿੱਥੇ ਵੀ ਰਹਨੇ ਆ ਅਸੀਂ ਹਮੇਸ਼ਾ ਚੜ੍ਹਦੀ ਕਲਾ ਚ ਰਹਨੇ ਆ ਤੇ ਇਹੀ ਅਸੀਂ ਸਨੇਹਾ ਸਰ ਕੈਨੇਡਾ ਨੂੰ ਦਿੰਨੇ ਆ ਕਿ ਤੁਸੀਂ ਵੀ ਜਿਹੜੇ ਵੀ ਹਾਲਚੋਂ ਹਮੇਸ਼ਾ ਪੋਜ਼ਿਟਿਵ ਰਹੋ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਬਿਲਕੁਕੁਲ ਜੀ ਚੜ੍ਹਦੀ ਕਲਾ ਲਾਹੌਰ ਤੋਂ ਲੰਡਨ ਇੱਕ ਇੱਕ ਸਫਰ ਜੀ ਜੀ ਅਸੀਂ ਸਫਰ ਦੀ ਗੱਲ ਕਰਦੇ ਤੇ ਸਫਰ ਦਾ ਚੱਲਦਾ ਰਹਿਣਾ ਜ਼ਰੂਰੀ ਹੁੰਦਾ ਹੈ ਤੇ ਅੱਜ ਕੱਲ ਤੱਕ ਅਸੀਂ ਜਿਹੜਾ ਉਹਨਾਂ ਤੋਂ ਸਿੱਖਿਆਵਾਂ ਲੈ ਕੇ ਉਹਨਾਂ ਦੇ ਕਦਮਾਂ ਤੇ ਨਕਸ਼ੇ ਕਦਮਾਂ ਤੇ ਚੱਲ ਕੇ ਅੱਜ ਇੱਥੋਂ ਤੱਕ ਪਹੁੰਚੇ ਆਂ ਕਿ ਜਦੋਂ ਵੀ ਸਾਡੀ ਕਮਿਊਨਿਟੀ ਦਾ ਨਾਮ ਆਉਂਦਾ ਤਾਂ ਸਿਰ ਮਾਨ ਦੇ ਨਾਲ ਉੱਚਾ ਹੋ ਜਾਂਦਾ ਹੁਣ ਤੁਸੀਂ ਕਿਹਾ ਕਿ 7 ਤੋਂ 8 ਮਹੀਨੇ ਲੱਗੇ ਤੁਹਾਨੂੰ ਸਿਟੀ ਆਫ ਸਰੀ ਦੇ ਨਾਲ ਕੰਮ ਕਰਦੇ ਆਂ ਅਸੀਂ ਜਦੋਂ ਮੈਂ ਦੋ ਵਾਰ ਜਾ ਚੁੱਕੀ ਹਾਂ ਜੀ ਉੱਥੇ ਇੱਕ ਵਾਰ ਤਾਂ ਸਪੈਸ਼ਲ ਅਸੀਂ ਕਵਰ ਕਰਨ ਦੇ ਲਈ ਗਏ ਸੀ ਤੇ ਇੱਕ ਦੂਜਾ ਸਾਡਾ ਇੱਕ ਹੋਰ ਇੱਕ ਸ਼ੋਅ ਆਂਦਾ ਉਸ ਸ਼ੋਅ ਦੇ ਵਿੱਚ ਵੀ ਅਸੀਂ ਦੁਬਾਰਾ ਕਵਰ ਕਰਕੇ ਆਏ ਹਾਂ ਹੁਣ ਜਦੋਂ ਉੱਥੇ ਪੜਿਆ ਜਾਂਦਾ ਨਾ ਉੱਥੇ ਛੋਟੇ-ਛੋਟੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੰਗਲਿਸ਼ ਟ੍ਰਾਂਸਲੇਟ ਕਰਕੇ ਲਿਖੀਆਂ ਹੋਈਆਂ ਪੰਜਾਬੀ ਵਿੱਚ ਵੀ ਲਿਖਿਆ ਹੋਇਆ ਹੈ ਜੀ ਉਹਨੂੰ ਫਿਰ ਪ੍ਰਿੰਟ ਕਰਨਾ ਉਹਨੂੰ ਉੱਥੇ ਲਾਉਣਾ ਉਹਦੇ ਜਿਹੜੇ ਆ ਪੂਰੇ ਫਲੈਕਸ ਜਿਹੜੇ ਆ ਉਹ ਲਗਾਉਣੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਬਹੁਤ ਟਾਈਮ ਮੰਗਦੀਆਂ ਨੇ ਉਹ ਸਾਰੀਆਂ ਚੀਜ਼ਾਂ ਸਿਟੀ ਆਫ ਸਟਰੀ ਦੇ ਨਾਲ ਰਲ ਕੇ ਤੁਸੀਂ ਕੰਮ ਕੀਤਾ ਤੇ ਉਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਇੱਕ ਛੋਟੀ ਲੈਂਗੁਏਜ ਦੇ ਵਿੱਚ ਜਿਹੜਾ ਕੱਟ ਕਰਨਾ ਕਿੰਨਾ ਕੋ ਔਖਾ ਸੀ ਕਿੰਨਾ ਕੋ ਔਖਾ ਪ੍ਰੋਸੈਸ ਸੀ ਅਮ ਕਿਉਂਕਿ ਜੀ ਜਦੋਂ ਦੋਨੋਂ ਪਾਸਿਓਂ ਅੰਡਰਸਟੈਂਡਿੰਗ ਹੋਵੇ ਸਾਥ ਹੋਵੇ ਫਿਰ ਉਹ ਕੰਮ ਸਖਾਲਾ ਹੋ ਜਾਂਦਾ ਔਰ ਫਿਰ ਤੁਸੀ ਉਹਨੂੰ ਇੰਜੋਏ ਵੀ ਕਰਦੇ ਹੋ ਕਰਨ ਲੱਗੇ ਨਾ ਸੋ ਇਸ ਕਰਕੇ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਵੀ ਅਸੀਂ ਸਿਟੀ ਆਫ ਸਰੀ ਦਾ ਤੇ ਸਰੀ ਮਿਊਜ਼ੀਅਮ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਾਨੂੰ ਕੋਈ ਔਕੜ ਆਉਣ ਨਹੀਂ ਦਿੱਤੀ ਜੀ ਗਾਈਡ ਕੀਤਾ ਉਹਨਾਂ ਨੇ ਪੂਪਰ ਹਾਂ ਜੀ ਉਹਨਾਂ ਨੇ ਕੋਈ ਔਕੜ ਨਹੀਂ ਆਉਣ ਦਿੱਤੀ ਔਰ ਇੱਕ ਸਨੇਹਾ ਇਹ ਹੈ ਕਿ ਜਿਸ ਤਰ੍ਹਾਂ ਜਿੱਦਾਂ ਹੁਣ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਕਹਾਂ ਵੀ ਆਈ ऍम ਨਾਟ ਐਜੂਕੇਟਿਡ ਪਰਸਨ ਆਈ ऍम ਨਾਟ ਅਕੈਡੈਮਿਕ ਸੋ ਹਰੇਕ ਬੰਦਾ ਜ਼ਰੂਰੀ ਨਹੀਂ ਹੈਗਾ ਪਹਿਲਾਂ ਤੁਹਾਡੇ ਕੋਲ ਡਿਗਰੀ ਹੋਵੇ ਕੋਈ ਜੀ ਤੁਸੀਂ ਜੇ ਤੁਹਾਡੇ ਕੋਲ ਵਸਾ ਹੈਗੀਆਂ ਤੁਸੀਂ ਅਹ ਥਰੀ ਮੀਡੀਅਮ ਨਾਲ رابطہ ਕਾਇਮ ਕਰ ਸਕਦੇ ਹੂੰ ਉਹਨਾਂ ਨੂੰ ਦੱਸੋ ਵੀ ਆਹ ਹੈਗੀਆਂ ਉਹ ਬਹੁਤ ਹੈਲਪ ਕਰ ਦਿੰਨੇ ਜੀ ਉਹ ਹਰੇਕ ਪੱਖੋਂ ਹੈਲਪ ਕਰਦੇ ਨੇ ਸੋ ਇਹ ਕਿ ਸ਼ਰਮ ਕਰਕੇ ਜਾਂ ਇਹ ਕਹਿ ਕੇ ਕਿ ਵੀ ਅਸੀਂ ਕਿਵੇਂ ਗੱਲ ਕਰਾਂਗੇ ਤਾਂ ਉਹਦੇ ਪੱਖੋਂ ਚੁੱਪ ਕਰਕੇ ਘਰ ਬੈਨ ਦੇ ਨਾਲੋਂ ਕਦਮ ਬਾਹਰ ਕਰ ਪਟੋ ਤੇ ਉਹ ਦਸ ਰਸਤੇ ਤੁਹਾਨੂੰ ਆਪੇ ਮਿਲ ਜਾਣਗੇ ਬਿਲਕੁਲ ਬਿਲਕੁਲ ਔਰ ਇਹ ਇਦਾਂ ਆਪਾਂ ਨੂੰ ਸੋਚਣਾ ਨਹੀਂ ਚਾਹੀਦਾ ਕਿ ਪਹਿਲਾਂ ਮੈਂ ਡਿਗਰੀ ਲਵਾਂਗਾ ਤੇ ਫਿਰ ਐਕਾਡੈਮਿਕਸ ਇਦਾਂ ਦੇ ਕੰਮ ਕਰਦੇ ਹੁੰਦੇ ਆ ਜਿੱਦਾਂ ਆਪਾਂ ਇੱਥੇ ਆਉਨੇ ਆ ਉਹ ਕਈ ਕਿਤੇ ਆਪਾਂ ਨੂੰ ਪਹਿਲਾਂ ਆਉਂਦੇ ਨਹੀਂ ਹੁੰਦੇ ਪਰ ਬੈਠਿਆ ਕੇ ਸਿੱਖ ਲੈਨੇ ਆ ਔਰ ਕਈ ਕਹਿੰਦੇ ਹੁੰਦੇ ਪਹਿਲਾਂ ਸਕੂਲ ਜਾਓ ਸਕੂਲ ਜਾਣਾ ਵੈਸੇ ਇੰਪੋਰਟੈਂਟ ਹੈ ਬਹੁਤ ਪਰ ਆਪਾਂ ਆਪਣਾ ਸਫ਼ਰ ਉਦੋਂ ਦਾ ਰਿਹਾ ਕਿ ਜਦੋਂ ਸਾਨੂੰ ਕਹਿੰਦਾ ਵੀ ਤੂੰ ਆ ਕਰ ਲਵੇਂਗਾ ਉਹ ਕਹਿੰਦਾ ਦਿਖਾ ਦਿਓ ਮੈਂ ਸਮਝ ਲੈਣਾ ਤੇ ਮੈਂ ਕਰ ਲੈਣਾ ਹਨਾ ਪਰ ਇੱਕ ਗੱਲ ਦੀ ਜਿਹੜੀ ਅਸੀਂ ਬਹੁਤ ਤਵੱਜੋ ਦਿੱਤੀ ਉਹ ਇਹ ਸੀਗੀ ਜੀ ਕਿ ਜਿਹੜੀ ਲੈਂਗੁਏਜ ਆ ਉਹ ਅਸੀਂ ਕਾਫੀ ਕੇਅਰਫੁਲ ਸੀਗੇ ਉਹਦੇ ਵਿੱਚ ਹਾਂਜੀ ਸੋ ਅਸੀਂ ਸਨੇਹ ਜਿਹੜੇ ਸੀਗੇ ਜਿੱਦਾਂ ਹੁਣ ਚੜ੍ਹਦੀ ਕਲਾ ਦਾ ਸਨੇਹਾ ਇਹ ਸਨੇਹਾ ਸਾਰੇ ਕੈਨੇਡਾ ਲਈ ਆ ਕਿ ਸਾਰਾ ਕੈਨੇਡਾ ਹੀ ਚੜ੍ਹਦੀ ਕਲਾ ਚ ਰਹੇ ਫੇਰ ਹੀ ਸਾਡਾ ਮੁੱਲਕੇ ਸਟਰੋਂਗ ਹੋਣਾ ਏਸੀ ਤਰ੍ਹਾਂ ਉੱਥੇ ਹਮਰਾਖਦ ਪਾਸ਼ਾ ਹੀ ਦਾਵਾ ਲਿਖਿਆ ਹੋਇਆ ਸੋ ਉਹ ਵੀ ਇੱਕ ਕੈਨੇਡਾ ਨੂੰ ਸਨੇਹਾ ਜੀ ਬਈ ਸਾਡੇ ਕੱਲੇ ਸਿੱਖਾਂ ਦੇ ਉੱਪਰ ਨਹੀਂ ਸਾਰੇ ਕੈਨੇਡਾ ਦੇ ਜਿੰਨੇ ਵੀ ਨਾਨ ਸਿੱਖ ਸਿੱਖ ਨੇ ਉਹਨਾਂ ਦੇ ਉੱਪਰ ਕੋਈ ਮਾਨਸਿਕ ਤੇ ਸਰੀਰਕ ਦੁਆ ਨਾ ਹੋਵੇ ਤੋ ਇਹ ਇਦਾਂ ਦੇ ਸਨੇਹ ਨੇ ਜੀ ਉੱਥੇ ਹੁਕਮ ਦਾ ਸਨੇਹਾ ਨਦਰ ਆ ਮਿਹਰ ਆ ਦੇਸ ਪੰਜਾਬ ਆ ਔਰ ਇਹਨੂੰ ਜੇ ਆਪਾਂ ਇਦਾਂ ਪੂਰਾ ਸਮ ਅਪ ਕਰਨਾ ਹੋਵੇ ਨਾ ਵੀ ਜਿਹੜੀਆਂ ਕੌਮਾਂ ਆਪਣੇ ਵਿਰਸੇ ਤੇ ਵਿਰਾਸਤ ਵੱਲ ਪਿੱਠ ਨਹੀਂ ਮੋੜਦੀਆਂ ਤੇ ਉਹ ਜਿਹੜਾ ਵਿਰਸਾ ਵਿਰਾਸਤ ਆ ਉਹਨੂੰ ਆਪਣੇ ਮਸਤਕ ਦਾ ਭਾਗ ਬਣਾਉਂਦੀਆਂ ਨੇ ਆਮ ਜਨ ਸਮੂਹ ਦੇ ਨਾਲ ਸਾਂਝੀਆਂ ਕਰਦੀਆਂ ਨੇ ਤੇ ਆਉਣ ਵਾਲੇ ਪੀੜ੍ਹੀਆਂ ਨਾਲ ਉਹਨਾਂ ਦੇ ਸਨਮੁਖ ਵੀ ਕਰਦੀਆਂ ਨੇ ਉਹ ਜਿਹੜੀਆਂ ਕੌਮਾਂ ਨੇ ਉਹਨਾਂ ਦੇ ਸਿਧਾਂਤ ਤੇ ਸਰੂਪ ਕਦੀ ਨਹੀਂ ਮੁੱਕਦੇ ਚਾਹੇ ਜਿੱਥੇ ਮਰਜ਼ੀ ਚੱਲੇ ਜਾਣ। ਸੋ ਇਦਾਂ ਕਦੇ ਸਨੇਹ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜੀ। ਬਿਲਕੁਲ ਅਸੀਂ ਜਦੋਂ ਸੁਣਦੇ ਹਾਂ ਅਸੀਂ ਕਈ ਚੀਜ਼ਾਂ ਉਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਕੌਮ ਆਪਣੇ ਵਿਰਸੇ ਨੂੰ ਵਿਰਾਸਤ ਨੂੰ ਭੁੱਲ ਜਾਂਦੀ ਹੈ। ਉਹ ਰੋਲ ਜਾਂਦੀ ਹੈ ਇਹ ਸੁਨੇਹਾ ਸਾਨੂੰ ਅਕਸਰ ਸੁਣਨ ਨੂੰ ਮਿਲਦਾ ਸੋ ਇਹ ਹੈ ਕਿ ਮਾਨ ਹੁੰਦਾ ਹੈ ਕਿ ਤੁਹਾਡੇ ਵਰਗੀਆਂ ਸਖਸ਼ੀਅਤਾਂ ਹੈਗੀਆਂ ਜਿਹਨੇ ਸਾਨੂੰ ਇਨਸਪਾਇਰ ਕਰਦੀਆਂ ਰਹਿੰਦੀਆਂ ਨੇ ਕਿ ਅਸੀਂ ਆਪਣੇ ਵਿਰਸੇ ਨੂੰ ਵਿਰਾਸਤ ਨੂੰ ਸਾਂਭ ਕੇ ਰੱਖੀਏ ਤਾਂ ਹੀ ਨੈਕਸਟ ਜਨਰੇਸ਼ਨਸ ਤੱਕ ਇਹ ਸੁਨੇਹਾ ਪਹੁੰਚੂਗਾ ਹੁਣ ਇਹ ਐਗਜ਼ੀਬਿਸ਼ਨ ਨੂੰ ਲੱਗਿਆ ਹੋਇਆ ਲਗਭਗ 2 ਮਹੀਨੇ ਹੋ ਜਾਣੇ ਆਪ੍ਰੈਲ 6 ਨੂੰ ਕਿਉਂਕਿ ਫਰਵਰੀ 6 ਤੋਂ ਜਿਹੜੀ ਹੈ ਇਹ ਲੱਗੀ ਹੋਈ ਆ ਇੰਨਾ 2 ਮਹੀਨਿਆਂ ਦੇ ਵਿੱਚ ਤੁਹਾਡੇ ਤੱਕ ਪੋਜ਼ਿਟਿਵ ਮੈਸੇਜ ਕਿੰਨੇ ਆਏ ਪੋਜ਼ਿਟਿਵ ਮੈਸੇਜ ਬਹੁਤ ਆਏ ਪਰ ਪਹਿਲਾਂ ਇੱਕ ਆਪਾਂ ਥੋੜੀ ਜਿਹਾ ਬੈਕਅਪ ਹੋਈ ਕਿ ਜਦੋਂ ਆਪਾਂ ਉੱਥੇ ਸਾਰਾ ਕੁਝ ਲਿਖਿਆ ਹੋਇਆ ਨਾ ਉਹਦੇ ਵਿੱਚ ਇੱਕ ਅੰਡਰਲਾਈਨ ਥਾਟ ਇਹ ਵੀ ਆ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਸੋ ਐਸੀ ਐਸੀ ਸਟਰੋਂਗ ਆ ਅਸੀਂ ਆਪਣੀ ਆਇਡੈਂਟੀਟੀ ਨਹੀਂ ਡਿਲੀਊਟ ਕਰਨੀ ਪਰ ਉਹਦੇ ਵਿੱਚ ਇੱਕ ਕਨਸਟੈਂਟ ਰਿਮਾਈਂਡਰ ਆ ਕਿ ਹਮ ਨਹੀਂ ਚੰਗੇ ਹੈਨਾ ਉਹ ਕਨਸਟੈਂਟ ਆ ਜਿਹੜਾ ਸਾਰਿਆਂ ਤੋਂ ਵਧੀਆ ਗੱਲ ਹੋਈ ਜੀ ਉਹ ਉੱਥੇ ਅਸੀਂ ਆਰ ਗਲੋਬਲ ਵਿਲੇਜ ਤੁਸੀਂ ਜਾਣਦੇ ਹੋ ਨੀਰਾਗੇਲ ਉਹਨਾਂ ਦੇ ਨਾਲ ਅਸੀਂ ਇੰਟਰਨੈਸ਼ਨਲ ਊਮਨਸ ਡੇ ਮਨਾਇਆ ਅ ਐਕਸੀਬਿਸ਼ਨ ਦੀ ਥਾਂ ਤੇ ਸੋ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਸਾਡੀਆਂ ਭਾਬੀਆਂ ਉੱਥੇ ਆਈਆਂ ਸਾਰੀਆਂ ਤੇ ਫਿਰ ਉਹਨਾਂ ਨੇ ਬੋਲ ਕੁਝ ਬੋਲੇ ਹੋਏ ਸੀ ਉਹ ਤੇ ਵੈਬਸਾਈਟ ਤੇ ਤੇ ਆਪਣੇ ਸੋਸ਼ਲ ਮੀਡੀਆ ਤੇ ਪਾਏ ਹੋਏ ਨੇ ਕਿ ਉਹ ਉਹਨਾਂ ਨੇ ਦੇਖ ਕੇ ਕਿਦਾਂ ਦਾ ਮਹਿਸੂਸ ਕੀਤਾ ਰਿਐਕਟ ਕੀ ਕੀਤਾ ਹਾਂਜੀ ਸੋ ਉਹ ਇੱਕ ਚੀਜ਼ ਸੀਗੀ ਔਰ ਵੈਸੇ ਵੀ ਜਿਹੜੇ ਸਾਡੇ ਭੈਣ ਭਰਾ ਜਾ ਰਹੇ ਨੇ ਬਜ਼ੁਰਗ ਜਾ ਰਹੇ ਨੇ ਜਿਹੜੀ ਮੇ ਤੋਂ ਵੱਡ ਵੱਡੀ ਉਮਰ ਦੇ ਨੇ ਉਹ ਅਸ਼ੀਰਵਾਦ ਦੇ ਰਹੇ ਨੇ ਜੀ ਦੁਆਵਾਂ ਦੇ ਰਹੇ ਨੇ ਕਿ ਬਹੁਤ ਵਧੀਆ ਅਟੈਂਪਟ ਆ ਕਿਉਂਕਿ ਉਹਦੇ ਵਿੱਚ ਅਸੀਂ ਸਪਸ਼ਟ ਸ਼ਬਦਾਂ ਚ ਇਹ ਲਿਖਿਆ ਹੋਇਆ ਕਿ ਸਾਡੇ ਲਈ ਕੋਈ ਬੇਗਾਨੀ ਬੇਗਾਨਾ ਨਹੀਂ ਹੈਗਾ ਨਾ ਕੋ ਬੈਰੀ ਨਹੀਂ ਬਗਾਨਾ ਇਹ ਉਹਦੇ ਚ ਮੈਸੇਜ ਲਿਖਿਆ ਹੋਇਆ ਜੀ ਸੋ ਇਟਸ ਵੈਰੀ ਇਨਕਲੂਸਿਵ ਉਹਦੇ ਵਿੱਚ ਸੋਫੀਆ ਦਿਲੀਪ ਸਿੰਘ ਦੀ ਗੱਲ ਹੈ ਉਹਨਾਂ ਦੀ ਪਰਸਨਲ ਸਕ੍ਰੈਪ ਬੁੱਕ ਹੈ ਸੋ ਉਹ ਵੀ ਇੱਕ ਸਨੇਹਾ ਹੈ ਕਿ ਸਾਡੀ ਔਰਤ ਜਿੱਥੇ ਮਰਜ਼ੀ ਚੱਲੇ ਜਾਵੇ ਉਹ ਜਿਹੜੀਆਂ ਦੂਸਰੀਆਂ ਔਰਤਾਂ ਨੇ ਉਹ ਉਹਨਾਂ ਦੇ ਹੱਕ ਲਈ ਖੜਦੀ ਆ ਚਾਹੇ ਉਹ ਇੰਗਲੈਂਡ ਹੋਵੇ ਚਾਹੇ ਕੈਨੇਡਾ ਹੋਵੇ ਉਹਨਾਂ ਦਾ ਬਰੀਫ ਕੇਸ ਹੈਗਾ ਦਲੀਪ ਸਿੰਘ ਜੀ ਦਾ ਅਵੇਕਾ ਦਲੀਪ ਸਿੰਘ ਦਾ ਹਾਂ ਜੀ 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 ਉਹਨਾਂ ਦਾ ਬਰੀਫ ਕੇਸ ਹੈਗਾ ਸਕ੍ਰੈਪ ਬੁੱਕ ਹੈਗੀ ਆ ਸੋਫੀਆ ਦੀ ਤੇ ਨਾਲ ਨਾਲ ਤੁਸੀਂ ਦੇਖੋ ਕਿ ਇੱਕ ਤਾਂ ਰਾਜ ਉਹ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ گا ਉਹਨਾਂ ਦੇ ਬੱਚੇ ਤੇ ਫਿਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਬ੍ਰਿਟਿਸ਼ ਸਾਮਰਾਜ ਤੱਕ ਉਹ ਸਾਰੀਆਂ ਨਿਸ਼ਾਨੀਆਂ ਇਨਕਲੂਡ ਕਰਕੇ ਜਿਹੜੀਆਂ ਨੇ ਉੱਥੇ ਰੱਖੀਆਂ ਹੋਈਆਂ ਨੇ ਇਸੇ ਕਰਕੇ ਦਾ ਨਾਮ ਲੰਡਨ ਤੋਂ ਲਾਹੌਰ ਰੱਖਿਆ ਸੋ ਲਾਹੌਰ ਤੋਂ ਲੰਡਨ ਰੱਖਿਆ ਸੋ ਕਿਵੇਂ ਇਹਦਾ ਨਾਮ ਨੂੰ ਸੋਚਿਆ ਲਾਹੌਰ ਜਦੋਂ ਜੀ ਸਿੱਖ ਰਾਜ ਖੁੱਸਿਆ ਸਰਕਾਰੇ ਖਾਲਸਾ 1849 ਸੋ 1840 ਦੀ ਉੱਥੇ ਪਹਿਲੀ ਕਿਤਾਬ ਪਈ ਹੋਈ ਆ ਤੇ ਉੱਥੋਂ ਸ਼ੁਰੂ ਹੋ ਕੇ ਫਿਰ ਦਲੀਪ ਸਿੰਘ ਮਹਾਰਾਜਾ ਨੂੰ ਕਿਦਾਂ ਅ ਇੰਗਲੈਂਡ ਲੈ ਜਾਇਆ ਗਿਆ ਉ ਉੱਥੇ ਉਹਨਾਂ ਦੀਆਂ ਅਵਸਥਾ ਨੇ ਸੋਫੀਆ ਦਲੀਪ ਸਿੰਘ ਹੈ ਵਿਕਟਰ ਦਲੀਪ ਸਿੰਘ ਫ੍ਰੈਡਰਿਕ ਦਲੀਪ ਸਿੰਘ ਦੀਆਂ ਚੀਜ਼ਾਂ ਨੇ ਸੋ ਉਹ ਜਿਹੜਾ ਸਾਡਾ ਸਫਰ ਸੀਗਾ ਉੱਤੇ ਇੱਕ ਬਹੁਤ ਝਾਤ ਮਾਰੀ ਹੋਈ ਆ ਸੋ ਉੱਥੇ ਤਕਰੀਬਨ ਆਪਣੀ ਸਾਰੀ ਕਲੈਕਸ਼ਨ ਦੇ ਵਿੱਚੋਂ 40 42 ਚੀਜ਼ਾਂ ਪਰ ਰੱਖੀਆਂ ਹੋਈਆਂ ਨੇ ਉਹਦੇ ਵਿੱਚ ਇੱਕ ਇਹ ਵੀ ਹੈ ਕਿ ਜਿਹੜੇ ਆਪਣੇ ਫੌਜੀ ਜਿਹੜੇ ਫਰਸਟ ਵਰਲਡ ਵਾਰ ਚ ਜਿਹੜੇ ਸ਼ਹੀਦ ਹੋਏ ਨੇ ਵੱਖਰੀ ਵੱਖਰੀਆਂ ਥਾਵਾਂ ਤੇ ਚਾਹ ਬੈਲਜੀਅਮ ਸੀ ਚਾਹ ਫਰਾਂਸੀ ਉਹ ਉਹਨਾਂ ਦੀਆਂ ਵੀ ਚੀਜ਼ਾਂ ਉੱਥੇ ਸਾਮਪੇ ਰੱਖੀਆਂ ਹੋਈਆਂ ਨੇ ਔਰ ਇੱਕ ਐਲਬਮ ਹੈ ਆਪਣੇ ਕੋਲ ਜਿੱਥੇ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਇੱਕ ਗੋਥਿਕ ਟਾਵਰ ਕਲॉक ਟਾਵਰ ਬਣਾ ਦਿੱਤਾ ਸੀਗਾ ਸੋ ਉਹ ਤਸਵੀਰ ਵੀ ਆਪ ਨੂੰ ਦੇਖਣ ਨੂੰ ਮਿਲੇਗੀ ਬਿਲਕੁਲ ਬਿਲਕੁਲ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਨੇ ਪਰ ਇਹ ਹੈ ਕਿ ਬਹੁਤ ਤੁਹਾਡੀ ਕਲੈਕਸ਼ਨ ਬਹੁਤ ਜ਼ਿਆਦਾ ਹੈ ਇੰਨੀ ਕਿ ਜਿਆਦਾ ਕਲੈਕਸ਼ਨ ਹੈ ਕਿ ਜੇ ਅਸੀਂ 5-6 ਮਹੀਨੇ ਇੱਕ ਐਗਜ਼ੀਬਿਸ਼ਨ ਲਾ ਕੇ ਦੂਜੀ ਐਗਜ਼ੀਬਿਸ਼ਨ ਫਿਰ ਤੋਂ ਇੰਨੀਆਂ ਹੀ ਚੀਜ਼ਾਂ ਦੀ ਲਾ ਦਿੱਤੀ ਜਾਵੇ ਤਾਂ ਮੈਨੂੰ ਇਹਦੇ ਕਈ ਸਾਲ ਐਗਜ਼ੀਬਿਸ਼ਨ ਜਿਹੜੀ ਉਹ ਚੱਲਦੀ ਰਹੇਗੀ ਕਿਉਂਕਿ ਇੰਨਾ ਖਜ਼ਾਨਾ ਤੁਹਾਡੇ ਕੋਲੇ ਹੈਗਾ ਪਰ ਜਿਹੜਾ ਇਹ ਸਮਾਂ ਤੁਹਾਨੂੰ ਮਿਲਿਆ ਸਿਟੀ ਆਫ ਸਟਰੀ ਦੇ ਵੱਲੋਂ ਫਰਵਰੀ 6 ਤੋਂ ਲੈ ਕੇ ਮਈ 19 ਤੱਕ ਸੋ ਤੁਹਾਨੂੰ ਲੱਗਦਾ ਕਿ ਇਨਫ ਸਮਾਂ ਅਮ ਸਮਾਂ ਹਮੇਸ਼ਾ ਹੀ ਲੱਗਦਾ ਹੁੰਦਾ ਜੀ ਘਟਿਆ ਅਸੀਂ ਤਾਂ ਚਾਹੁੰਦੇ ਕਿ ਉਹ ਐਗਜ਼ੀਬਿਸ਼ਨ ਉੱਤੇ ਪਰਮਨੈਂਟ ਹੋ ਜਾਈਏ ਹਨਾ ਪਰ ਮੇਰੇ ਖਿਆਲ ਤਿੰਨ ਮਹੀਨੇ ਆ ਔਰ ਤੁਹਾਡੀ ਗੱਲ ਬਿਲਕੁਲ درست ਹੈ ਵੀ ਆਪਣੇ ਕੋ ਕੁਝ ਚੀਜ਼ਾਂ ਹੋਰ ਹੈਗੀਆਂ ਜਿਹੜੀਆਂ ਆਪਾਂ ਲਾ ਸਕਦੇ ਆ ਪਰ ਸਿਟੀ ਆਫ ਸਰੀ ਇੱਕ ਸੰਸਥਾ ਵੱਲੋਂ ਸਾਲ 'ਚ ਇੱਕ ਵਾਰੀ ਲਾਉਣ ਦਿੰਦੇ ਨੇ ਉੱਥੇ ਸੋ ਜੇ ਕੋਈ ਰਾਹ ਖੁੱਲਿਆ ਤਾਂ ਫਿਰ ਆਪਾਂ ਮਈ ਤੋਂ ਬਾਅਦ ਇੱਕ ਹੋਰ ਸ਼ੁਰੂ ਕਰ ਸਕਦੇ ਹਾਂ ਅਸੀਂ ਸਾਡੇ ਈ ਵਿਊਰਸ ਨੂੰ ਇਹ ਵੀ ਦੱਸ ਦਈਏ ਕਿ ਇਹ ਜਿਹੜੀ ਐਗਜ਼ੀਬਿਸ਼ਨ ਆ ਉਹ ਬਿਲਕੁਲ ਫ੍ਰੀ ਆਫ ਕਾਸਟ ਆ ਹਾਂਜੀ ਹਾਂਜੀ ਐਡਮਿਸ਼ਨ ਫ੍ਰੀ ਕਦੇ ਵੀ ਪਹੁੰਚਿਆ ਜਾ ਸਕਦਾ ਉੱਥੇ ਇੱਕ ਵਾਰੀ ਤੁਸੀਂ ਵੀ ਜ਼ਰੂਰ ਸੁਨੇਹਾ ਦੇ ਦਿਓ ਤਾਂ ਕਿ ਹੁਣ ਜਿਹੜੀ ਹੈ ਸਪ੍ਰਿੰਗ ਬ੍ਰੇਕ ਵੀ ਚੱਲ ਰਹੀ ਹੈ ਤੇ ਜਦੋਂ ਅਸੀਂ ਮਈ ਤੱਕ ਜਾਣਾ ਉਦੋਂ ਤੱਕ ਬਹੁਤ ਸਾਰੇ ਲੌਂਗ ਵੀਕਐਂਡ ਵੀ ਆ ਜਾਣੇ ਆ ਵੀਕਐਂਡ ਵੀ ਆ ਜਾਣੇ ਆ ਸੋ ਵੀਕਐਂਡ ਤੇ ਮਿਊਜ਼ੀਅਮ ਆਫ ਸਰੀ ਓਪਨ ਹੁੰਦਾ ਕਦੇ ਵੀ ਜਾਇਆ ਜਾ ਸਕਦਾ ਜੀ ਜੀ ਸਿਰਫ ਸੋਮਵਾਰ ਨੂੰ ਬੰਦ ਹੁੰਦਾ ਤੇ ਸਰਕਾਰੀ ਜਿੱਦਾਂ ਲੌਂਗ ਵੀਕਐ ਪਰ ਬਾਕੀ ਦਿਨ ਖੁੱਲਾ ਹੁੰਦਾ ਔਰ ਕਾਫੀ ਆਪਣੇ ਜਿਹੜੇ ਸਰੀ ਦੇ ਵਸਨੀਕ ਨੇ ਜਾਂ ਵੈਸੇ ਨੇ ਆਲੇ ਦੋਲੇ ਸ਼ਹਿਰਾਂ ਤੋਂ ਉਹਨਾਂ ਨੂੰ ਪਤਾ ਨਹੀਂ ਸੀ ਕਿ ਉੱਥੇ ਮੀ ਐਗਜ਼ਿਸਟ ਕਰਦਾ ਹੈ ਨਹੀਂ ਔਰ ਇਸ ਨਾਲ 뮤ਜ਼ੀਅਮ ਦੇ ਸਟਾਫ ਵੀ ਖੁਸ਼ ਨੇ ਕਿ ਆਵਾਜਾਈ ਵਧ ਰਹੀ ਹੈ ਉੱਥੇ ਇਹ ਕਲੈਕਸ਼ਨ ਕਰਕੇ ਨਾ ਜੀ ਬਿਲਕੁਲ ਬਿਲਕੁਲ ਕਿਉਂਕਿ ਜਦੋਂ ਵੀ ਉੱਥੇ ਦੇਖੀਦਾ ਸੋ ਉੱਥੇ ਸਿਰਫ ਸਾਡੀ ਕਮਿਊਨਿਟੀ ਨਹੀਂ ਪਹੁੰਚ ਰਹੀ ਜਿਹੜੇ ਓਦਾਂ ਵੀ ਮਿਊਜ਼ੀਅਮ ਦੇਖਣ ਜਾ ਰਹੇ ਨੇ ਤੇ ਉਹ ਵੀ ਉੱਥੇ ਜਾ ਕੇ ਖੜ ਕੇ 2 ਮਿੰਟ ਪੜਦੇ ਨੇ ਕਿ ਇਹ ਹੈ ਕੀ ਕਿਹਦੀ ਐਗਜ਼ੀਬਿਸ਼ਨ ਜਿਹੜੀਆਂ ਲੱਗੀ ਹੋਈ ਹੈ ਬਿਲਕੁਲ ਔਰ ਕਈ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੇ ਪਹਿਲਾਂ ਸੁਣੀਆਂ ਦੇਖੀਆਂ ਨਹੀਂ ਹੋਈਆਂ ਉਹ ਉੱਥੇ ਜਾ ਕੇ ਦੇਖਦੇ ਨੇ ਫਿਰ ਸਾਨੂੰ ਟੈਕਸ ਮੈਸੇਜ ਜਾਂ ਈਮੇਲ ਆ ਜਾਂਦੇ ਨੇ ਔਰ ਅਸੀਂ ਇੱਕ ਉੱਥੇ ਛੋਟਾ ਜਿਹਾ ਇਨਾਮ ਵੀ ਰੱਖਿਆ ਹੋਇਆ ਜੀ ਕਿ ਜਦੋਂ ਤੁਸੀਂ ਆਪਣੀ ਵੀਡੀਓ ਬਣਾ ਕੇ ਭੇਜੋ ਸਾਨੂੰ ਫਿਰ ਅਸੀਂ ਆਪਣੇ ਸੋਸ਼ਲ ਮੀਡੀਆ ਤੇ ਪਾਵਾਂਗੇ ਔਰ ਜਿਹਦੇ ਵਧੀਆ ਲਾਈਕਸ ਜਾਂ ਕਮੈਂਟਸ ਆਏ ਫਰ ਇੱਕ ਛੋਟਾ ਜਿਹਾ ਨਾਮ ਪਿਆਡਰ ਦਾ ਗਿਫਟ ਕਾਰਡ ਸੀ ਉਹਨਾਂ ਨੂੰ ਦਵਾਂਗੇ ਹਰ ਇੱਕ ਸੈਟਰਡੇ ਟਿਲ ਮਈ 19th ਹੈ ਨਾ ਜੀ ਜੀ ਇਹੀ ਇਨਕਰੇਜਮੈਂਟ ਹੁੰਦੀ ਹੈ ਕਿਉਂਕਿ ਜਦੋਂ ਇਨਕਰੇਜਮੈਂਟ ਦੇ ਵਿੱਚ ਜਦੋਂ ਬੱਚੇ ਦੇਖਦੇ ਨੇ ਪੜ੍ਹਦੇ ਨੇ ਤੇ ਜਦੋਂ ਪੜ੍ਹਦੇ ਨੇ ਤੇ ਉਹਨਾਂ ਦੇ ਮਨ ਦੇ ਉੱਤੇ ਗਹਿਰਾ ਅਸਰ ਪੈਂਦਾ ਤੇ ਫਿਰ ਉਹ ਹਿਸਟਰੀ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦੇ ਆ ਦੇਖ ਕੇ ਇੱਕ ਨਿੱਕੀ ਜਿਹੀ ਚੀਜ਼ ਇੱਕ ਬਰੀਫ ਕੇਸ ਦੇਖ ਕੇ ਇੱਕ ਸਕ੍ਰੈਪ ਬੁੱਕ ਦੇਖ ਕੇ ਫੋਟੋਆਂ ਦੇਖ ਕੇ ਛੋਟੀਆਂ-ਛੋਟੀਆਂ ਜਿਹੜੀਆਂ ਫੌਜੀਆਂ ਦੇ ਤਮਗੇ ਰੱਖੇ ਹੋਏ ਨੇ ਉਹ ਦੇਖ ਕੇ ਫਿਰ ਉਹ ਪੜ੍ਹਨ ਦੀ ਕੋਸ਼ਿਸ਼ ਕਰਦੇ ਤਾਂ ਉਹ ਡਾਇਰੈਕਟਲੀ ਇਨ ਸਾਡੇ ਵਿਰਾਸਤ ਨਾਲ ਜੁੜਦੇ ਨੇ ਤੇ ਸਾਡੀ ਹਿਸਟਰੀ ਦੇ ਨਾਲ ਜੁੜਦੇ ਨੇ ਬਈ ਹੋਇਆ ਕਿਉਂਕਿ ਕਈਆਂ ਨੂੰ ਕੋਲ ਟਾਈਮ ਹੀ ਨਹੀਂ ਹੈਗਾ ਬੱਚਿਆਂ ਨੂੰ ਹਿਸਟਰੀ ਦੱਸਣ ਦਾ ਕਿ ਹੋਇਆ ਕੀ ਸੀਗਾ ਜਦੋਂ ਅਸੀਂ ਪੰਜਾਬ 'ਚ ਹੁੰਦੇ ਸੀ ਉੱਥੇ ਪੜ੍ਹਦੇ ਸੀ ਉੱਥੇ ਸਾਡੇ ਕੋਲੇ ਸਾਡੀ ਬੁੱਕਸ ਡਿਫਰੈਂਟ ਹੁੰਦੀਆਂ ਸੀ ਸਾਡੀ ਹਿਸਟਰੀ ਡਿਫਰੈਂਟ ਸੀ ਫਿਰ ਵੀ ਸਾਨੂੰ ਪਤਾ ਲੱਗਦਾ ਰਹਿੰਦਾ ਸੀ ਕਿ ਕੀ ਕੁਝ ਹੈ ਪਰ ਇੱਥੇ ਬਿਲਕੁਲ ਡਿਫਰੈਂਟ ਹੈ ਜੇ ਅਸੀਂ ਨਹੀਂ ਦੱਸਾਂਗੇ ਨਹੀਂ ਦਿਖਾਵਾਂਗੇ ਤਾਂ ਉਹਨਾਂ ਤੱਕ ਮੈਸੇਜ ਉਹਨਾਂ ਤੱਕ ਸੁਨੇਹਾ ਜਿਹੜਾ ਉਹ ਨਹੀਂ ਪਹੁੰਚੇਗਾ ਪਰ ਤੁਹਾਡੇ ਵੱਲੋਂ ਵਧੀਆ ਇਨੀਸ਼ੀਏਟਿਵ ਜਿਹੜਾ ਉਹ ਲਿਆ ਗਿਆ ਪਰ ਜਦੋਂ ਅਸੀਂ ਰਾਜ ਸਿੰਘ ਜੀ ਇਹ ਦੇਖਦੇ ਕਿ ਐਗਜ਼ਿਬਿਸ਼ਨ ਲੱਗ ਰਹੀ ਹੈ ਇਸ ਤਰ੍ਹਾਂ ਦੇ ਇਨੀਸ਼ੀਏਟਿਵ ਹੋ ਰਹੇ ਆ ਪਰ ਨਾਲ ਨਾਲ ਪੁਰਾਣੀਆਂ ਚੀਜ਼ਾਂ ਜਿਹੜੀਆਂ ਨੇ ਪੁਰਾਣੀਆਂ ਗਲਤੀਆਂ ਕਹਿ ਲਓ ਜਾਂ ਕਿਸੇ ਨੇ ਧਿਆਨ ਨਹੀਂ ਦਿੱਤਾ ਜਿਵੇਂ ਮੈਂ ਸਟਾਰਟਿੰਗ ਪ੍ਰੋਗਰਾਮ ਦੀ ਚ ਵੀ ਕਿਹਾ ਸੀ ਕਿ ਕਈ ਵਾਰੀ ਉਹ ਚੀਜ਼ ਚਲਦੀ ਆਉਂਦੀ ਹੈ ਤੇ ਅਸੀਂ ਉਹਦੇ ਵੱਲ ਧਿਆਨ ਨਹੀਂ ਦਿੰਦੇ ਇੱਕ ਛੋਟੀ ਜੀ ਟਰਮ ਆ ਸਾਊਦੀਜੀਅਨ ਜੀ ਜੀ ਸਾਊਦੀਜੀਅਨ ਕਮਿਊਨਿਟੀ ਤੇ ਉਹ ਜਦੋਂ ਮੈਂ ਵੀ ਕੈਨੇਡਾ ਦੇ ਵਿੱਚ ਆਈ ਸੀ ਤੇ ਮੈਨੂੰ ਲੱਗਦਾ ਮੈਂ ਵੀ ਨਹੀਂ ਧਿਆਨ ਦਿੱਤਾ ਜਿਵੇਂ ਲੋਕ ਕਹਿ ਰਹੇ ਸੀ ਉਵੇਂ ਅਸੀਂ ਵੀ ਕਹਿਣ ਲੱਗ ਗਏ ਮੀਡੀਆ ਦੇ ਵਿੱਚ ਜਦੋਂ ਵੀ ਕੋਈ ਵੱਡੀ ਪਰਸਨੈਲਿਟੀ ਪੋਲਿਟੀਕਲ ਪਰਸਨੈਲਿ ਟੇਬਲ ਕਰਦੇ ਆ ਉਹ ਉਹਦੇ ਵਿੱਚ ਵੀ ਜਦੋਂ ਸਾਨੂੰ ਸੱਦਾ ਮਿਲਦਾ ਸੀ ਤਾਂ ਐਂ ਕਿਹਾ ਜਾਂਦਾ ਸੀ ਕਿ ਆ ਪ੍ਰੀਮੀਅਰ ਨੇ ਆ ਪ੍ਰਾਈਮ ਮਿਨਿਸਟਰ ਨੇ ਸਾਊਦੀ ਏਸ਼ੀਅਨ ਰਾਊਂਡ ਟੇਬਲ ਕਰਨਾ মিডিਆ ਰਾਊਂਡ ਟੇਬਲ ਕਰਨਾ ਫਿਰ ਸਾਊਦੀ ਏਸ਼ੀਅਨ ਕਮਿਊਨਿਟੀ ਆ ਗਈ ਫਿਰ ਬਹੁਤ ਸਾਰੇ ਸਟੇਸ਼ਨ ਰੇਡੀਓ ਸਟੇਸ਼ਨ ਜਾਂ ਟੀਵੀ ਸਟੇਸ਼ਨ ਉਹਨਾਂ ਨੂੰ ਸਾਊਦੀ ਏਸ਼ੀਅਨ ਕਹਿ ਕੇ ਬੁਕਾਰਿਆ ਜਾਣ ਲੱਗਿਆ ਪਰ ਉਹਨੂੰ ਲੈ ਕੇ ਕੋਈ ਬਹੁਤੀ ਦਿੱਕਤ ਆਈ ਨਹੀਂ ਪਰ ਜਦੋਂ ਤੁਸੀਂ ਇਹ ਮੁੱਦੇ ਨੂੰ ਉਠਾਇਆ ਕਿ ਸਾਊਦੀ ਏਸ਼ੀਅਨ ਟਰਮ ਕਿਉਂ ਵਰਤੀ ਜਾਣੀ ਚਾਹੀਦੀ ਹੈ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਕਿਉਂ ਇਹਨੂੰ ਇੱਕ ਕਲੋਨਾਈਜ਼ ਜਿਹੜਾ ਉਹ ਕਰ ਦਿੱਤਾ ਉਹ ਸਾਰੀਆਂ ਚੀਜ਼ਾਂ ਜਦੋਂ ਸੁਨੀਆਂ ਡੂੰਘਾਈ ਨਾਲ ਸੁਨਿਆ ਫਿਰ ਸੋਚਿਆ ਵੀ ਨਹੀਂ ਇਹਦੇ ਪਰੇ ਕਿਸੇ ਨੇ ਆਵਾਜ਼ ਪਹਿਲਾਂ ਕਿਉਂ ਨਹੀਂ ਉਠਾਈ ਉਸ ਤੋਂ ਬਾਅਦ ਜਾਗਰੂਕ ਹੋਏ ਲੋਕ ਬਹੁਤ ਸਾਰੇ ਲੋਕਾਂ ਨੇ ਸੁਨੇਹੇ ਭੇਜੇ ਬਹੁਤ ਸਾਰੇ ਸੁਨੇਹੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਨੇ ਉਹ ਆ ਰਹੇ ਨੇ ਉਸ ਕੈਂਪੇਨ ਜਿਹੜੀ ਆ ਤੁਹਾਡੇ ਵੱਲੋਂ ਚਲਾਈ ਗਈ ਅਜੇ ਵੀ ਚੱਲ ਰਹੀ ਹੈ ਸੋ ਉਹ ਕੈਂਪੇਨ ਚੱਲੀ ਕਿੰਨੇ ਕੁ ਲੋਕਾਂ ਦਾ ਸਾਥ ਮਿਲਿਆ ਅ ਕਈ 100 ਆਪਣੇ ਕੋ ਵੀਡੀਓ ਆਈਆਂ ਨੇ ਕਾਫੀ ਆਪਾਂ ਸੋਸ਼ਲ ਮੀਡੀਆ ਤੇ ਪਾ ਦਿੱਤੀਆਂ ਨੇ ਕਾਫੀ ਆਪਣੇ ਕੋ ਐਡਿਟ ਕਰਨ ਵਾਲੀਆਂ ਥੋੜੀਆਂ ਪਈਆਂ ਹੋਈਆਂ ਨੇ ਅਮ ਔਰ ਕੁਝ ਫਿਰ ਮਿਊਜ਼ੀਅਮ ਦਾ ਵਿੱਚ ਆ ਗਿਆ ਇਸ ਕਰਕੇ ਲੋਡ ਨਹੀਂ ਹੋ ਸਕੀਆਂ ਅ ਪਰ ਐਸੀ ਜਿਹੜੇ ਜਿਨ੍ਹਾਂ ਨੇ ਸਾਨੂੰ ਭੇਜੀਆਂ ਨੇ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਉਹਨਾਂ ਚੋਂ ਜੈਦੀ ਬੈਂਸ ਸਿੰਘ ਨੇ ਵਾਓ ਉਹਨਾਂ ਨੇ ਕਿਹਾ ਸਿੱਖਪਾ ਵਾਲੇ ਭਾਈ ਸਾਹਿਬ ਨੇ ਉਹਨੇ ਡਬਲਯੂ ਐਸਓ ਤੋਂ ਆਪਣੇ ਬਲਪਰੀ ਸਿੰਘ ਨੇ ਉਹਨਾਂ ਨੇ ਜਦੋਂ ਇੱਕ ਇਵੈਂਟ ਹੋਇਆ ਸੀਗਾ ਉਹਨਾਂ ਨੇ ਕਿਹਾ ਔਰ ਮੀਰਾ ਗਿਲ ਹੋਣਾ ਨੇ ਕਿਹਾ ਔਰ ਇਦਾਂ ਮੈਂ ਹਰੇਕ ਦਾ ਨਾਮ ਤਾਂ ਨਹੀਂ ਲਵਾਗਾ ਪਰ ਇਦਾਂ ਕਾਫੀ ਸ਼ਖਸੀਤਾਂ ਨੇ ਜਿਨ੍ਹਾਂ ਨੂੰ ਲੋਕ ਜਾਣਦੇ ਨੇ ਤੇ ਜਿਨ੍ਹਾਂ ਨੂੰ ਨਹੀਂ ਵੀ ਜਾਣਦੇ ਔਰ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਸਾਰਿਆਂ ਨੇ ਸਾਨੂੰ ਭੇਜਿਆ ਔਰ ਇੱਕ ਬੜਾ ਈਮੇਲ ਕੈਂਪੇਨ ਹੋਇਆ ਜੀ ਜਿਸ ਦੇ ਵਿੱਚ ਅਸੀਂ ਹੁਣ ਤੱਕ ਤਕਰੀਬਨ 5000 ਈਮੇਲ ਕਰ ਚੁੱਕੇ ਹਾਂ ਔਰ ਸਾਡਾ ਐਫਰਟ ਕੀ ਰੰਗ ਲਿਆਇਆ ਇਹ ਆਉਣ ਵਾਲੇ ਦਿਨਾਂ ਚ ਆਪਾਂ ਨੂੰ ਪਤਾ ਲੱਗੇਗਾ ਸੋ ਅਗਲੇ ਹਫਤੇ ਤੱਕ ਕੋਈ ਉਮੀਦ ਹੈ ਕਿ ਕੋਈ ਖਬਰ ਆਉਣ ਦੀ ਹੱਲੇ ਤਾਂ ਆਪਾਂ ਨਹੀਂ ਸ਼ੇਅਰ ਕਰ ਸਕਦੇ ਪਰ ਜ਼ਰੂਰ ਆਏਗੀ ਜਿਹੜੀ ਆਪਾਂ ਉਸ حوالے ਤੋਂ ਅੱਛਾ ਕੈਂਪੇਨ ਜਦੋਂ ਸ਼ੁਰੂ ਕੀਤੀ ਸੀ ਤੁਸੀਂ ਤੁਸੀਂ ਇਕੱਲੇ ਤੁਰੇ ਸੀਗੇ ਤੇ ਉਹਦੇ ਨਾਲ-ਨਾਲ ਕਹਿੰਦੇ ਹੁੰਦੇ ਆ ਕਿ ਇਕੱਲੇ ਘਰੋਂ ਤੁਰਿਆ ਪਰ ਕਾਫਲਾ ਬਣਦਾ ਹੈ ਹਾਂ ਜੀ ਲੋਕ ਮਿਲਦੇ ਗਏ ਔਰ ਕਾਫਲਾ ਬਣਦਾ ਗਿਆ ਹਾਂਜੀ ਸੋ ਤੁਸੀਂ ਜਿਹੜੇ ਕਾਫਲਾ ਇੱਕ ਲੈ ਕੇ ਤੁਰ ਰਹੇ ਹਾਂ ਹੁਣ ਕੈਂਪੇਨ ਨੂੰ ਲੈ ਕੇ ਕਿੰਨੇ ਕ ਪੋਜ਼ਿਟਿਵ ਕਮੈਂਟਸ ਜਾਂ ਕੀ ਤੁਹਾਨੂੰ ਦੇਖਣ ਨੂੰ ਮਿਲਿਆ ਜਦੋਂ ਤੋਂ ਕੈਂਪੇਨ ਸ਼ੁਰੂ ਹੋਈ ਹੈ ਅੱਜ ਤੱਕ ਕਿਉਂਕਿ ਅਸੀਂ ਲੱਭੇ ਪੋਜ਼ਿਟਿਵਿਟੀ ਰਹੇ ਹਾਂ ਸੋ ਸਾਨੂੰ ਹੋਰ ਕੁਝ ਦਿਖਿਆ ਹੀ ਨਹੀਂ ਕਦੀ ਸੋ ਇਹ ਵਾਇਰਲ ਦੀ ਬਮ ਮੇਲ ਰਹੀ ਹੈ ਜੀ ਪਰ ਜਿਹੜਾ ਆਪਾਂ ਪਹਿਲਾਂ ਜ਼ਿਕਰ ਕੀਤਾ ਸੀ ਨਾ ਕਿ ਜਿੱਦਾਂ ਆਪਾਂ ਕਹਿੰਦੇ ਹੁਣੇ ਉਹ ਵਕਤ ਵੀ ਦੇਖੇ ਹਨ ਇਤਿਹਾਸ ਦੀ ਘੜੀਆਂ ਵਿੱਚ ਲਮਹੋਂ ਨੇ ਖਤਾ ਕੀਤੀ ਸਦੀਆਂ ਵਿੱਚ ਸਜ਼ਾ ਪਾਈ ਸੋ ਜੇ ਆਪਾਂ ਨਾ ਸਮਝੇ ਇਹ ਆਪਾਂ ਨੂੰ ਬਹੁਤ ਤੁਸੀਂ ਦੇਖਿਓ ਜੀ ਵੀ ਜਦੋਂ ਕਿਸੇ ਹੁਣ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਜਦੋਂ ਧਾਰਮਿਕ ਥਾਵਾਂ ਖੁੱਲ ਜਾਂਦੀਆਂ ਜਿਨ੍ਹਾਂ ਦੇ ਨਾਮ ਸਾਊਥ ਈਸ਼ੀਅਨ ਡੜੜਾ ਹੋ ਜਾਂਦੇ ਨੇ ਫਿਰ ਜਿਹੜੀ ਸਾਡੇ ਜਵਾਕ ਨੇ ਅਗਲੇ ਉਹ ਮੱਥਾ ਟੇਕਣ ਕਿੱਥੇ ਜਾਣਗੇ ਔਰ ਜਦੋਂ ਆਪਾਂ ਵਨ ਲੈਂਗੁਏਜ ਵਨ ਨੇਸ਼ਨ ਦੀ ਗੱਲ ਕਰਦੇ ਆ ਇਹ ਸਿਮਿਲਰ ਜੀ ਚੀਜ਼ ਆ ਬਹੁਤ ਬਈ ਜਿਹੜੀਆਂ ਇਹ ਵਾਕ ਵਾਕ ਖੂਬਸੂਰਤ ਜਿਹੜੀਆਂ ਵਿਰਾਸਤਾਂ ਨੇ ਉਹਨਾਂ 'ਚ ਆਪਣੇ ਪਾਕਿਸਤਾਨੀ ਵੀਰ ਨੇ ਭੈਣਾ ਨੇ ਹਿੰਦੁਸਤਾਨੀ ਨੇ ਬੰਗਲਾਦੇਸ਼ ਥ੍ਰੀ ਲੰਕਾ ਨੇ ਨੇਪਾਲੀ ਨੇ ਅਫਗਾਨੀ ਨੇ ਐਸੀ ਕਿਉਂ ਉਹਨਾਂ ਦੀ ਆਇਡੈਂਟੀਟੀ ਡਿਲੀਟ ਕਰਨਾ ਚਾਹੁੰਦੇ ਆ ਮਤਲਬ ਮੇਰੇ ਨਾਲ ਕਈ ਵਾਰੀ ਮੈਂ ਬਹੁਤ ਹੈਰਾਨ ਹੁੰਨਾ ਵੀ ਵੀ ਕਮਲੋ ਤੁਸੀਂ ਇੰਨੀ ਜਿਹਦਾ ਖੂਬਸੂਰਤ ਜਿਹਦਾ ਆਪਾਂ ਇਹਨੂੰ ਬਾਗੀਚਾ ਗੁਲਦਸਾ ਕਹਿ ਲਓ ਇਹਨੂੰ ਕਿਉਂ ਇੱਕ ਰੰਗ ਫੇਰਨਾ ਚਾਹੁੰਦੇ ਹੋ ਤੁਸੀਂ ਇੱਕੋ ਰੰਗ ਨਾਲ ਕਿਉਂ ਅਸੀਂ ਕੈਨਵਸ ਨੂੰ ਪੇਂਟ ਕਰਨ ਲੱਗੇ ਆ ਤਾਂ ਆਪਾਂ ਯੂਨੀਟੀ ਤਾਂ ਠੀਕ ਆ ਹਾਂ ਨਾ ਕੈਨੇਡਾ ਆਪਾਂ ਕਹਿੰਦੇ ਆ ਕੈਨੇਡੀਅਨ ਆ ਪਰ ਫੇਰ ਵੀ ਇੱਕ ਆਪਣੀ ਆਈਡੈਂਟੀਟੀ ਹੈ ਜਿਹੜੀ ਆਪਾਂ ਆਪਣੇ ਕਾਇਮ ਰੱਖਦੇ ਆਂ ਇਦਾਂ ਹੀ ਜਿਹੜਾ ਹੁਣ ਮਿਊਜ਼ੀਅਮ ਆ ਉਹਦੇ ਵਿੱਚ ਤੁਸੀਂ ਇਦਾਂ ਦੇ ਲਫ਼ਜ਼ ਨਹੀਂ ਦੇਖੋਗੇ ਕਿਤੇ ਉੱਥੇ ਤੁਸੀਂ ਕੈਨੇਡੀਅਨ ਦੇਖੋਗੇ ਕਿ ਅਸੀਂ ਮਾਣ ਨਾਲ ਕਹਿੰਨੇ ਆਂ ਅਸੀਂ ਕੈਨੇਡੀਅਨ ਆ ਅਸੀਂ ਸਿੱਖ ਕੈਨੇਡੀਅਨ ਆ ਤੇ ਅਸੀਂ ਕਿਸੇ ਨੂੰ ਅਦਰ ਕਰਕੇ ਨਹੀਂ ਦੇਖਦੇ ਸੋ ਅਸੀਂ ਆਪਣੀ ਆਈਡੈਂਟੀਟੀ ਮੇਨਟੇਨ ਕਰ ਸਕਦੇ ਆਂ ਤੇ ਅਸੀਂ ਸਟੇਟਮੈਂਟ ਦੇ ਸਕਦੇ ਆਂ ਵੀ ਵੀ ਆਰ ਇਨਕਲੂਸਿਵ ਇਹ ਆਵਾਜ਼ ਸਿਰਫ ਸਿਰਫ ਇੱਕ ਮਿਊਜ਼ੀਅਮ ਕਰਕੇ ਉਠਾਈ ਗਈ ਸੀ ਪਰ ਲੱਗਦਾ ਤੁਹਾਨੂੰ ਕਿ ਸਾਊਦੀ ਅਰਬੀਨ ਟਰਮ ਜਿਹੜੀ ਹੈ ਇਨੂੰ ਹੀ ਜੇ ਕਿਤੇ ਨਾ ਕਿਤੇ ਜਿਹੜਾ ਉਹਨੂੰ ਜਿਹੜਾ ਜਸਟੀਫਾਈ ਕਰਨਾ ਚਾਹੀਦਾ ਕਿ ਇਹ ਟਰਮ ਕਿੱਥੇ ਯੂਜ਼ ਕਰਨੀ ਹੈ ਕਿੱਥੇ ਨਹੀਂ ਅਸੀਂ ਸਾਰੀ ਜਗ੍ਹਾ ਦੇ ਉੱਤੇ ਸੌਦੇਸ਼ੀ ਯੂਜ਼ ਕਰ ਰਹੇ ਹਾਂ ਜਿਵੇਂ ਮੈਂ ਪਹਿਲਾਂ ਵੀ ਕਹਿ ਕੇ ਹਟੀਆਂ ਹਾਂਜੀ ਜਦੋਂ ਆਪਾਂ ਜੇ ਵੈਸੇ ਹਲਕੀ ਜੀ ਹਲਕੀ ਫੁਲਕੀ ਗੱਲ ਕਰਨਾ ਹੋ ਟ ਹਲਕੀ ਗੱਲ ਤਾਂ ਹਲਕਾ ਫੁਲਕਾ ਜਿਹਾ ਮਜ਼ਾਕ ਕਰਨਾ ਹੋਵੇ ਜਦੋਂ ਨਵਾਂ ਰੈਸਟੋਰੈਂਟ ਖੁੱਲਦਾ ਜੀ ਉਹਦੇ ਚ ਚਾਹੇ ਤੁਸੀਂ ਮਟਰ ਪਨੀਰ ਖਾ ਲਓ ਚਾਹੇ ਭਿੰਡੀਆਂ ਖਾ ਲਓ ਸਾਰਿਆਂ ਦਾ ਮਸਾਲਾ ਇੱਕੋ ਹੀ ਹੁੰਦਾ ਸੋ ਇਦਾਂ ਤੁਸੀਂ ਨਾ ਕਰੋ ਸਾਡੇ ਨਾਲ ਔਰ ਇਹ ਜਿਹੜੀ ਟਰਮ ਹੈ ਨਾ ਸਾਡੇ ਤੋਂ ਜਿੰਨਾ ਜ਼ੋਰ ਹੋਇਆ ਅਸੀਂ ਲਾ ਦੇਣਾ ਉਹਨਾ ਰਿਜ਼ਲਟ ਅਸੀਂ ਉਸ ਤੇ ਛੱਡਦੇ ਆਂ ਜਿੱਦਾਂ ਹੁਣ ਮਿਊਜ਼ੀਅਮ ਤੇ ਵੀ ਅਸੀਂ ਉਹ ਲਿਖਿਆ ਹੋਇਆ ਵੀ ਉਹਦੇ ਹੁਕਮ ਥੱਲੇ ਰਹਿਣਾ ਅਸੀਂ ਸੋ ਆਪਣੇ ਵੱਲੋਂ ਕੋਸ਼ਿਸ਼ ਪੂਰੀ ਹੈ ਜੀ ਬਾਕੀ ਹੁਣ ਬਾਬਾ ਜਾਣਦਾ ਕਿਉਂਕਿ ਜਿਹੜਾ ਦਰਗਾਹੀ ਸ케ਜੂਲ ਆ ਇੱਕ ਅਸੀਂ ਉਹਦੇ ਪਰਤਾਏ ਚੱਲਦੇ ਆਂ ਜੀ ਅਸੀਂ ਕੁਝ ਵੀ ਸੋਚੀ ਜਾਈਏ ਇੱਕ ਸਾਡਾ ਮਨ ਦੀ ਥੋੜੇ ਇੱਕ ਗਰਾਊਂਡ ਰਿਐਲਿਟੀ ਆ ਅਸੀਂ ਉਹਨੂੰ ਮੈਕਸੀ ਨਹੀਂ ਕਰਦੇ ਕਦੀ ਵੀ ਪਰ ਉਹ ਸਾਰੀਆਂ ਚੀਜ਼ਾਂ ਦੇ ਉੱਪਰ ਇੱਕ ਚੀਜ਼ ਓਵਰਰਾਈਡ ਕਰਦੀ ਆ ਉਧਰ ਗਾਈ ਸ케ਜੂਲ ਹੈ ਜੀ ਉਹ ਉਹਨੂੰ ਪਤਾ ਨਹੀਂ ਬਾਬੇ ਨੇ ਕੀ ਲਿਖਿਆ ਹੋਇਆ ਲਿਖਿਆ ਹੋਇਆ ਬਿਲਕੁਲ ਇਹ ਤਾਂ ਹੈ ਸੀ ਜਦੋਂ ਵੀ ਕਹਿੰਨੇ ਆ ਕਿ ਭਾਣਾ ਮੰਨ ਕੇ ਚੱਲੀਏ ਕਿਸੇ ਵੀ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਸਾਡੇ ਸਾਹਮਣੇ ਆਵੇ ਪਰ ਰਾਜ ਸਿੰਘ ਜੀ ਜਦੋਂ ਅਸੀਂ ਇਹ ਦੇਖਦੇ ਆ ਕਿ ਇਹ ਚੀਜ਼ ਛੰਡਾ ਚੁੱਕਿਆ ਤੁਸੀਂ ਤੇ ਉਸ ਤੋਂ ਬਾਅਦ ਅਸੀਂ ਗਾਂ ਵੀ ਵਧੇ ਆ ਸੌਖਾ ਨਹੀਂ ਹੈਗਾ ਡੀਲ ਕਰਨਾ ਗਵਰਨਮੈਂਟ ਦੇ ਨਾਲ ਡੀਲ ਕਰਨਾ ਔਰ ਨੁਮਾਇੰਦਿਆਂ ਦੇ ਨਾਲ ਡੀਲ ਕਰਨਾ ਬੈਕ ਐਂਡ ਫੋਰਥ ਮੀਟਿੰਗਸ ਕਰਨੀਆਂ ਆਪਣੇ ਟਾਈਮ ਚੋਂ ਟਾਈਮ ਕੱਢਣਾ ਤਾਂ ਕਿ ਅਸੀਂ ਦੂਜਿਆਂ ਨੂੰ ਵੀ ਜਾਗਰੂਕ ਜਿਹੜਾ ਉਹ ਕਰ ਸਕੀਏ ਪਰ ਦੂਜੇ ਪਾਸੇ ਇਹ ਹੈ ਕਿ ਨੇਗੇਟਿਵ ਕਮੈਂਟਸ ਜਾਂ 네ਗੇਟਿਵਿਟੀ ਤਾਂ ਸੱਚ ਨੂੰ ਚਰਾਹ ਚ ਆਉਂਦੀ ਹੋਣੀ ਆ ਪਰ ਤੁਸੀਂ ਪਹਿਲਾਂ ਕਹਿ ਹਟੇ ਕਿ ਅਸੀਂ 네ਗੇਟਿਵ ਚੀਜ਼ਾਂ ਨੂੰ ਦੇਖਿਆ ਹੀ ਨਹੀਂ ਅਸੀਂ ਪੋਜ਼ਿਟਿਵਿਟੀ ਇਕੱਠੀ ਕਰਦੇ ਹੈਗੇ ਆ ਪਰ ਫਿਰ ਵੀ ਇਸ ਦਾ ਆਪੋਜ਼ ਕੀਤਾ ਕਿਸੇ ਨੇ ਆਪੋਜ਼ ਨਹੀਂ ਕੀਤਾ ਜੀ ਉਹਨਾਂ ਨੂੰ ਕਈਆਂ ਨੂੰ ਲੱਗ ਰਿਹਾ ਇਹ ਕਿ ਜੇ ਅਸੀਂ ਸਾਊਥ ਈਸ਼ੀਅਨ ਕਵਾਂਗੇ ਫਿਰ ਅਸੀਂ ਵੱਡੇ ਹੋ ਜਾਂਦੇ ਆ ਹਮ ਪਰ ਆਪਣੀਆਂ ਬਹੁਤ ਵੱਡੀਆਂ ਸੰਸਥਾਵਾਂ ਨੇ ਜਿਹੜੀਆਂ ਚਾਹੇ ਉਹ ਹਿੰਦੂ ਸੰਸਥਾਵਾਂ ਨੇ ਚਾਹੇ ਸਿੱਖ ਨੇ ਚਾਹੇ ਮੁਸਲਮਾਨ ਨੇ ਉਹ ਉਹਨਾਂ ਨੂੰ ਸਾਊਥ ਏਸ਼ੀਅਨ ਜਦੋਂ ਤੁਸੀਂ ਕਰਦੇ ਹੋ ਜੀ ਤੁਸੀਂ ਛੋਟਾ ਕਰਦੇ ਹੋ ਹੂੰ ਉਹ ਉਹਨਾਂ ਦੀ ਆਇਡੈਂਟੀਟੀ ਨੂੰ ਡਿਲੀਟ ਡਿਲੀਊਟ ਕਰਦੇ ਹੋ ਤਾਂ ਹੀ ਮੈਂ ਹਮੇਸ਼ਾ ਕਹਿਣਾ ਹੁੰਦਾ ਔਰ ਸਾਡੀ ਇਹ ਪੱਕੀ ਸਟੇਟਮੈਂਟ ਹੈ ਜੀ ਵੀ ਜਿਹੜਾ ਸਾਊਥ ਏਸ਼ੀਅਨ ਟਰਮ ਆ ਉਹ ਰਿਸਿਸਟਰ ਮੈਂ ਆ ਇਹ ਰਿਡਕਟਿਵ ਹੈ ਰਿਪਰੈਸਿਵ ਹੈ ਮੈਂ ਤਾਂ ਇੱਥੋਂ ਤੱਕ ਵੀ ਜਾਨਣਾ ਹੁੰਦਾ ਕਿ ਮੈਨੂੰ ਇਹ ਸ਼ਬਦ ਜਿਵੇਂ ਗਾਲ ਵਰਗਾ ਲੱਗਦਾ ਸੋ ਸਾਨੂੰ ਗਾਲ ਨਾ ਕੱਢੋ ਵੀ ਬੇਨਤੀ ਕਰ ਰਹੇ ਹਾਂ ਬਾਕੀ ਜਿਹੜੀ ਤੁਸੀਂ ਸਰਕਾਰ ਦੀ ਗੱਲ ਕੀਤੀ ਹੈ ਨਾ ਸਰਕਾਰ ਦੀ ਖੂਬਸੂਰਤੀ ਇਹ ਹੈ ਜੀ ਜਦੋਂ ਅਸੀਂ ਗੱਲ ਕਰਦੇ ਆ ਇਕੱਠੇ ਹੋ ਕੇ ਉਹ ਸੁਣਦੇ ਨੇ ਇਹ ਇਹ ਪੱਕੀ ਗੱਲ ਐ ਇਹ ਉਹ ਉਹਨਾਂ ਦਾ ਉਹ ਤੁਹਾਨੂੰ ਰਾਈਟ ਆਫ ਨਹੀਂ ਕਰਦੇ ਵੀ ਤੁਸੀਂ ਬੋਲੀ ਜਾਓ ਜੋ ਹੈਗਾ ਉਹ ਜੇ ਤੁਸੀਂ ਪੂਰੀ ਰਿਸਪੈਕਟਫੁਲੀ ਆਪਣਾ ਜਿਹੜਾ ਆਰਗੂਮੈਂਟ ਐ ਪ੍ਰੋਪਰਲੀ ਫਰੇਜ਼ ਕਰਕੇ ਉਹਨੂੰ ਪ੍ਰੀਸਾਈਸਲੀ ਦੱਸਦੇ ਹੋ ਉਹ ਗੱਲ ਸੁਣੀ ਜਾਂਦੀ ਆ ਜੀ ਜੀ ਬਿਲਕੁਲ ਗੱਲ ਕਰਨ ਦਾ ਕਹਿੰਦੇ ਤਰੀਕਾ ਹੁੰਦਾ ਵੱਡੀ ਤੋਂ ਵੱਡੀ جنگ ਜਿੱਤੀ ਜਾ ਸਕਦੀ ਆ ਇੱਕ ਟੇਬਲ ਤੇ ਬੈਠ ਕੇ ਇੱਕ ਗੱਲਬਾਤ ਦੇ ਟੇਬਲ ਤੇ ਬੈਠ ਕੇ ਗੱਲ ਨਿਬੇੜੀ ਜਾ ਸਕਦੀ ਆ ਕਹਿੰਦੇ ਹਰ ਮਸਲੇ ਦਾ ਹੱਲ ਗੱਲ ਹਾਂਜੀ ਹਾਂਜੀ ਗੱਲ ਦੇ ਨਾਲ ਹਰ ਮਸਲਾ ਹੱਲ ਜਿਹੜਾ ਹੋ ਜਾਂਦਾ ਸੋ ਤੁਸੀਂ ਗੱਲਬਾਤ ਦੇ ਜ਼ਰੀਏ ਜਿਹੜਾ ਮਸਲਾ ਹੱਲ ਕਰਨ ਦੀ ਕੋਸ਼ਿਸ਼ ਜਿਹੜੀ ਆ ਕਰ ਰਹੇ ਆ ਤੁਹਾਨੂੰ ਲੱਗਦਾ ਕਿ ਇਹ ਕੈਂਪੇਨ ਸਕਸੈਸਫੁਲ ਰਹੀ ਆ ਤੇ ਕੋਸ਼ਿਸ਼ ਰੰਗ ਲਿਆਊਗੀ ਹਾਂਜੀ ਹਾਂਜੀ ਇਹਦਾ ਇਦਾਂ ਹੈਗਾ ਜੀ ਜਿੱਦਾਂ ਆਪਾਂ ਇੱਕ ਤਸ਼ਵੀਰ ਦਿਨੇ ਹੁੰਨੇ ਆ ਜੇ ਜੰਗਲ ਨੂੰ ਅੱਗ ਲੱਗੀ ਹੈ ਕਿਚੇੜੀ ਚੁੰਝ ਪਰ ਕੇ ਪਾਣੀ ਦੇ ਬੁਝਾਉਂਦੀ ਪਈ ਸੀ ਉਹਨੂੰ ਸੁਨੇਹਾ ਉਹਨੂੰ ਪੁੱਛਿਆ ਕਿਸੇ ਨੇ ਕਿ ਵੀ ਇਹਨਾਂ ਕੁਝ ਨਹੀਂ ਹੋਣਾ ਉਹ ਕਹਿੰਦੀ ਜੀ ਮੇਰਾ ਜਿਹੜਾ ਨਾਮ ਹੈ ਨਾ ਉਹ ਅੱਗ ਬੁਝਾਉਣ ਵਾਲਿਆਂ ਚ ਲਿਖਾਇਆ ਜਾਵੇਗਾ ਸੋ ਅਸੀਂ ਕੋਈ ਗਾਰੰਟੀ ਨਹੀਂ ਲੈ ਰਹੇ ਕਿਸੇ ਤੋਂ ਕੋਈ ਡੋਨੇਸ਼ਨ ਨਹੀਂ ਲੈ ਰਹੇ ਸੋ ਜਿੰਨਾ ਸਾਡੇ ਤੋਂ ਸਰਦਾ ਅਸੀਂ ਉਹਨਾਂ ਕਰੀ ਜਾ ਰਹੇ ਹਾਂ ਪਰ ਇੱਕ ਸੁਨੇਹਾ ਜ਼ਰੂਰ ਹੈ ਕਿ ਜਿਹੜਾ ਇਹ ਸਾਰਾ ਕੈਂਪੇਨ ਆ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਸੀ ਨਾ ਵੀ ਉਹ ਹੈਗਾ ਵੀ ਕੌਣ ਸੀ ਬਾਤ ਕਦੋਂ ਕਹਾ ਕਿਵੇਂ ਤਿੰਨ ਚੀਜ਼ਾਂ ਨੇ ਕਦ ਕਹਾਂ ਕਿਵੇਂ ਕਿਹੀ ਜਾਂਦੀ ਹੈ ਇਸ ਬਾਤ ਦਾ ilm ਹੋ ਜਾਂ ਗਿਆਨ ਹੋ ਤਾਂ ਹਰ ਬਾਤ ਸੁਣੀ ਜਾਂਦੀ ਹੈ ਜੀ 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 ਬਿਲਕੁਲ ਸੋ ਇਹ ਆ ਕਿ ਆਈ ਐਮ ਨਾਟ ਸਾਊਦੀਜੀਅਨ ਇਸ ਕਹਿ ਸਕਦੇ ਕਿ ਸੁਨੀਹੇ ਦਾ ਇਸ ਕੈਂਪੇਨ ਦਾ ਅਸਰ ਹੋਇਆ ਤੇ ਇਹ ਕੈਂਪੇਨ ਜਿਹੜੀ ਆ ਜੇ ਚੱਲੀ ਸੀ ਤਾਂ ਮੈਨੂੰ ਲੱਗਦਾ ਇਹਦਾ ਜਿਹੜਾ ਅੰਤ ਵੀ ਜਿਹੜਾ ਉਹ ਸੋਹਣਾ ਹੋਏਗਾ ਸੋ ਇਹ ਕੈਂਪੇਨ ਮੈਨੂੰ ਲੱਗਦਾ ਚਲਦੀ ਰਹਿਣੀ ਚਾਹੀਦੀ ਹੈ ਜਿੰਨਾ ਚਿਰ ਸਾਰੇ ਕਿਤੇ ਸੌਦੇ ਜੀ ਇੰਨੀ ਮਿਟ ਜਾਂਦਾ ਪਰ ਤੁਸੀਂ ਕੀ ਕਹੋਗੇ ਜੇ ਹੁਣ ਮਿਊਜ਼ੀਅਮ ਬਾਰੇ ਕੋਈ ਨਾ ਕੋਈ ਅਪਡੇਟ ਆਉਂਦੀ ਹੈ ਉਸ ਤੋਂ ਬਾਅਦ ਵੀ ਇਹ ਸਭ ਆਮ ਨਾ ਸੌਦੇ ਜੀ ਐਨ ਜਿਹੜੀ ਆ ਇਹ ਚੀਜ਼ ਚਲਦੀ ਰਹੇਗੀ ਜਾਂ ਫਿਰ ਉੱਥੇ ਸਟਾਪ ਹੋ ਜਾਏਗੀ ਨਹੀਂ ਨਹੀਂ ਉਹ ਤੁਸੀਂ ਦੇਖੋ ਨਾ ਜਦੋਂ ਤੁਸੀਂ ਸੈਂਸਰਸ ਚ ਦੇਖਦੇ ਹੋ ਉਹਦੇ ਤੇ ਜੇ ਮੈਨੂੰ ਕਰਮਵਾਰ ਚੇਤੇ ਹੋਵੇ ਪਹਿਲਾ ਹੈਗਾ ਵਾਈਟ ਐਂਡ ਦੈਨ ਸ਼ਾਇਦ ਬਲੈਕ ਹੈ ਫਿਰ ਅਰਬ ਹੈ ਫਿਰ ਚਾਈਨੀਜ਼ ਫਿਲੀਪੀਨੋ ਹੈ ਜਪਾਨੀਜ਼ ਹੈ ਫਿਰ ਸਾਊਥ ਈਸਟ ਏਸ਼ੀਆਨ ਹੈ ਤੇ ਸਾਊਥ ਈਸਟ ਏਸ਼ੀਆਨ ਹੈ ਸੋ ਜੇ ਆਪਾਂ ਉਥੇ ਅਰਬ ਲਿਖ ਸਕਦੇ ਆ ਵਾਈਟ ਲਿਖ ਸਕਦੇ ਬਰਾਊਨ ਲਿਖ ਸਕਦੇ ਫਿਰ ਉਹ ਵੀ ਉਹ ਵੀ ਦਰਸਤ ਹੋਣੀ ਚਾਹੀਦੀ ਹੈ ਜੀ ਬਿਲਕੁਲ ਜੀ ਸੋ ਉਮੀਦ ਕਰਦੇ ਹਾਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਚੰਗੀ ਖਬਰ ਕੋਈ ਸੁਣਨ ਨੂੰ ਮਿਲੇਗੀ ਤੇ ਨਾਲ ਨਾਲ ਆਮ ਨਾਟ ਸਾਊਥ ਏਸ਼ੀਅਨ ਇਹਦਾ ਇਹਦੇ ਬਾਰੇ ਜਾਗਰੂਕਤਾ ਜਿਹੜੀ ਆ ਉਹ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਹੋਵੇ ਵੱਧ ਤੋਂ ਵੱਧ ਅਸੀਂ ਇਕੱਠ ਕਰੀਏ ਵੱਧ ਤੋਂ ਵੱਧ ਲੋਕਾਂ ਨੂੰ ਦਸੀਏ ਜਦੋਂ ਵੀ ਕਿਤੇ ਬੈਠਦੇ ਆਂਦੇ ਪਰ ਇਹ ਥੋੜੀ ਜਿਹੀ ਚਰਚਾ ਜ਼ਿਆਦਾਤ ਨਹੀਂ ਪਰ ਥੋੜੀ ਚਰਚਾ ਜ਼ਰੂਰ ਕਰੀਏ ਕਿ ਇਹ ਚੀਜ਼ ਪਤਾ ਹੋਣਾ ਨੂੰ ਇਹ ਚੀਜ਼ ਚੱਲ ਰਹੀ ਹੈ ਤਾਂ ਕਿ ਅਵੇਅਰ ਅਸੀਂ ਜਿਹੜੀ ਆ ਉਹ ਲੋਕਾਂ ਨੂੰ ਕਰ ਸਕੀਏ ਤੇ ਆਪ ਵੀ ਅਵੇਅਰ ਹੋ ਸਕੀਏ ਕੀ ਮੈਸੇਜ ਦੇਵੋਗੇ ਜੀ ਐਂਡ ਦੇ ਉੱਤੇ ਐਂ ਫੇਰ ਦੁਆਰਾ ਜਦੋਂ ਇਕੱਠੇ ਹੋ ਕੇ ਬੈਠੇ ਹੋ ਨਾ ਤੇ ਬਸ ਉਹੀ ਮੈਸੇਜ ਹੈ ਜੀ ਵੀ ਜੇਕਬ ਕਹਾ ਕੈਸੇ ਉਹ ਜੇ ਉਸ ਬਾਤ ਦਾ ਸਲੀਕਾ ਹੋ ਤਾਂ ਹਰ ਬਾਤ ਸੁਣੀ ਜਾਂਦੀ ਹੈ ਪਿਆਰ ਨਾਲ ਗੱਲ ਕਰਿਓ ਇੱਕ ਦੂਜੇ ਨਾਲ ਪਰ ਇਹਨੂੰ ਕੋਖਿਓ ਜ਼ਰੂਰ ਵੀ ਜਿਹੜੀ ਆਪਣੀ ਅਗਲੀ ਪੀੜ੍ਹੀ ਆਉਣੀ ਆ ਤੇ ਉਤੋਂ ਅਗਲੀ ਪੀੜ੍ਹੀ ਆਉਣੀ ਆ ਜੇ ਆਪਾਂ ਇਸ ਟਰਮ ਨੂੰ ਦਰਸਤ ਨਾ ਕੀਤਾ ਜੀ ਉਹ ਜਿਹੜੀ ਜਿੱਦਾਂ ਆਪਾਂ ਕਈ ਵਾਰੀ ਪਿਛਲੀਆਂ ਆਪਣੀਆਂ ਪੀੜ੍ਹੀਆਂ ਨੂੰ ਮਿਹਣਾ ਮਾਰਦੇ ਆ ਨਾ ਮਾਸਟਰ ਤਾਰਾ ਸਿੰਘ ਦਾ ਜ਼ਿਕਰ ਕਰਦੇ ਜਾਂ ਕਿਸੇ ਬਲਦੇਵ ਸਿੰਘ ਦਾ ਇਦਾਂ ਜਿਹੜੀਆਂ ਆਪਣੀਆਂ ਅਗਲੀਆਂ ਪੀੜ੍ਹੀਆਂ ਆਣ ਗਿਆ ਉਹ ਸਾਨੂੰ ਮਿਹਣਾ ਦੇਣ ਗਿਆ ਉਹ ਇਹ ਇਹ ਸਾਰਿਆਂ ਨੂੰ ਬੇਨਤੀ ਹੈ ਜੀ ਇਹ ਬਿਲਕੁਲ ਜੀ ਸੋ ਅਗਲੀਆਂ ਪੀੜ੍ਹੀਆਂ ਦੇ ਲਈ ਅਸੀਂ ਜਿਹੜਾ ਉਹ ਚੰਗੀ ਚੀਜ਼ ਦੇ ਕੇ ਜਾਈਏ ਕਿਉਂਕਿ ਚਾਹੇ ਇਹ ਧਰਤੀ ਹੈ ਚਾਹੇ ਇਹ ਵਿਰਾਸਤ ਹੈ ਇਹ ਅਸੀਂ ਆਪਣੇ ਬੱਚਿਆਂ ਤੋਂ ਆਪਣੇ ਫਿਊਚਰ ਤੋਂ ਉਧਾਰੀ ਲਈ ਹੋਈ ਹੈ ਉਹਨਾਂ ਨੂੰ ਇਹ ਚੀਜ਼ ਮੋੜਨੀ ਆ ਤਾਂ ਅਸੀਂ ਦਰੁਸਤ ਕਰਕੇ ਮੋੜੀਏ ਸੋ ਉਹਦੇ ਵਿੱਚ ਜਦੋਂ ਵੀ ਨਾਮ ਆਏਗਾ ਤੁਹਾਡਾ ਬੰਜਾਰਾ ਨੋ ਬੈਂਡ ਦਾ ਨਾਮ ਵੀ ਪਹਿਲੇ ਨੰਬਰ ਤੇ ਜਿਹੜਾ ਉਹ ਲਿਆ ਜਾਏਗਾ ਸੋ ਤੁਹਾਡਾ ਜਾਗਰੂਕਤਾ ਫਰਾਂਉਣ ਦੇ ਲਈ ਸਾਨੂੰ ਅਵੇਅਰ ਕਰਨ ਦੇ ਲਈ ਸਾਨੂੰ ਸਾਰਿਆਂ ਨੂੰ ਵੇਅਰ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਅਗਲੇ ਇਸ ਵਾਰ ਜਦੋਂ ਕੋਈ ਅਨਾਉਂਸਮੈਂਟ ਆਈ ਤੇ ਤੁਹਾਡੇ ਨਾਲ ਗੱਲਬਾਤ ਕਰਨੀ ਜੀ ਜੀ ਜ਼ਰੂਰ ਆਪਾਂ ਮਿਲਾਂਗੇ ਤੇ ਸਾਰਿਆਂ ਦਾ ਧੰਨਵਾਦ ਜੀ ਜੀ ਬਿਲਕੁਲ ਧੰਨਵਾਦ ਇੱਕ ਵਾਰ ਫਿਰ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਰਾਜ ਸਿੰਘ ਪੰਡਾਲ ਜੀ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਸੀ ਜਿਨ੍ਹਾਂ ਨੇ ਸਾਨੂੰ ਚਾਹੇ ਉਹ ਐਗਜ਼ਿਬਿਸ਼ਨ ਆ ਤੇ ਚਾਹੇ ਆਈ ਏਮ ਨਾਟ ਸਾਊਥ ਏਸ਼ੀਅਨ ਕੈਂਪੇਨ ਐਂ ਨਾਲ ਦੋਨਾਂ ਦੇ ਬਾਰੇ ਗੱਲਬਾਤ ਕੀਤੀ ਹੈ ਸੋ ਜਾਣਾ ਨਾ ਭੁੱਲਿਓ ਐਗਜ਼ਿਬਿਸ਼ਨ ਲੱਗੀ ਹੋਈ ਐ ਐਗਜ਼ਿਬਿਸ਼ਨ ਨੂੰ ਇੰਨਾ ਕੁ ਭਰਵਾ ਹੁੰਗਾ ਹਾਰਾ ਦਿਓ ਤੇ ਨਾਲ ਨਾਲ ਜਿਵੇਂ ਪੰਡਾਲ ਸਾਹਿਬ ਨੇ ਕਿਹਾ ਕਿ ਤੁਸੀਂ ਇੱਕ ਵੀਡੀਓ ਬਣਾ ਕੇ ਭੇਜ ਸਕਦੇ ਆ ਜਿਹੜੀ ਕਿ ਇਹ ਵੈਬਸਾਈਟ ਤੇ ਦੱਸਣਗੇ ਤੇ ਉਸ ਵਾਸਤੇ ਛੋਟਾ ਜਿਹਾ ਗਿਫਟ ਹੈ ਤਾਂ ਕਿ ਬੱਚਿਆਂ ਨੂੰ ਇਨਕਰੇਜ ਜਿਹੜਾ ਉਹ ਕੀਤਾ ਜਾਵੇ ਸੋ ਬੱਚਿਆਂ ਨੂੰ ਲੈ ਕੇ ਜਾਣੇ ਇੱਕ ਛੋਟੀ ਜੀ ਵੀਡੀਓ ਜ਼ਰੂਰ ਬਣਾਇਓ ਤੇ ਜ਼ਰੂਰ ਦੱਸਿਓ ਕਿ ਐਗਜ਼ਿਬਿਸ਼ਨ ਕਿਸ ਤਰ੍ਹਾਂ ਦੀ ਲੱਗੀ ਕਈ ਵਾਰੀ ਤੁਹਾਨੂੰ ਬਹੁਤ ਸਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨੋਟ ਕਰ ਲੈਣੇ ਆ ਤੁਸੀਂ ਫੀਡਬੈਕ ਜ਼ਰੂਰ ਦਿਓ ਕਿ ਕਿਸ ਤਰ੍ਹਾਂ ਦੀ ਐਗਜ਼ਿਬਿਸ਼ਨ ਜਿਹੜੀ ਆ ਲੱਗੀ ਆ ਤਾਂ ਕਿ ਰਾਜ ਸਿੰਘ ਪੰਡਾਲ ਹੁਣਾਂ ਨੂੰ ਉਸ ਐਗਜ਼ੀਬਿਸ਼ਨ ਨੂੰ ਦੇਖ ਕੇ ਇਹ ਨੇਪਾਲ ਦੂਜੇ ਪਾਸੇ ਆਮ ਨਾਟ ਸਾਊਥ ਏਸ਼ੀਅਨ ਕੈਂਪੇਨ ਜਿਹੜੀ ਚੱਲ ਰਹੀ ਹੈ ਉਹ ਕੈਂਪੇਨ ਅਜੇ ਮੁੱਕਣ ਵਾਲੀ ਨਹੀਂ ਇਹ ਕੈਂਪੇਨ ਜਿੰਨਾ ਟਾਈਮ ਹੋ ਸਕਿਆ ਉਹਨਾ ਟਾਈਮ ਚੱਲਦੀ ਰਹੇਗੀ ਜਿੰਨਾ ਸਾਥ ਹੋ ਸਕਦਾ ਉਹਨਾ ਜਰੂਰ ਦਿਓ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਵਰਨਮੈਂਟ ਦੇ ਵੱਲੋਂ ਕੀ ਡਿਸੀਜਨ ਆਉਂਦਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਰਾਸ ਸਿੰਘ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਅੱਜ ਦਾ ਪ੍ਰੋਗਰਾਮ ਕਿਵੇਂ ਲੱਗਿਆ ਜਰੂਰ ਦੱਸਿਓ ਅਗਲੀ ਵਾਰੀ ਹੋਰ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ ਦੇਖਦੇ ਰਹੋ ਸੰਜਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਇੱਕ ਕੈਨੇਡੀਅਨ ਹਾਂ ਔਰ ਮੇਰੀ ਪਛਾਣ ਸਿੱਖ ਹੈ ਮੇਰੀ ਪਛਾਣ ਸਾਊਥ ਏਸ਼ੀਅਨ ਨਹੀਂ ਹੈ ਆਈ ਏਮ ਨਾਟ ਸਾਊਥ ਏਸ਼ੀਅਨ ਆਈ ਏਮ ਅ ਸਿੱਖ ਕੈਨੇਡੀਅਨ ਆਈ ਏਮ ਅ ਸੌਥ ਅਫਰੀਕਨ ਪਾਕਿਸਤਾਨੀ ਆਈ ਏਮ ਨਾਟ ਸਾਊਥ ਏਸ਼ੀਅਨ ਆਈ ਹੈਵ ਐਨ ਆਇਡੈਂਟੀਟੀ ਆਈ ਏਮ ਅ ਸਿੱਖ ਕੈਨੇਡੀਅਨ ਆਮ ਨਾਟ ਅ ਸਾਊਥ ਏਸ਼ੀਅਨ ਜੇਕਰ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋ ਤਾਂ ਸਾਊਥ ਏਸ਼ੀਅਨ ਪਹਿਚਾਣ ਦੀਆਂ ਪੀੜੀਆਂ ਨੂੰ ਤੋੜੋ ਅਤੇ بلند ਆਵਾਜ਼ ਵਿੱਚ ਆਈ ਐਮ ਸਿੱਖ, ਹਿੰਦੂ ਔਰ ਮੁਸਲਿਮ ਕੈਨੇਡੀਅਨ, ਆਈ ਐਮ ਨਾਟ ਅ ਸਾਊਥ ਏਸ਼ੀਅਨ ਕਹਿੰਦੇ ਹੋਏ ਇੱਕ ਵੀਡੀਓ ਸਾਡੇ ਨਾਲ ਸਾਂਝੀ ਕਰੋ। ਵੀਡੀਓ ਤੁਸੀਂ 7789605272 ਤੇ WhatsApp ਕਰ ਸਕਦੇ ਹੋ। ਹੋਰ ਜਾਣਕਾਰੀ ਲਈ iamnotsouthasian.com ਤੇ ਜਾਓ। #iamnotsouthasian